जून जी, जी, जी टी जी काफ़ी स्लो हो गया से यूनिवर्सिटीज़ तो एंड वह uh, भी इस कारण क्योंकि पांच छः यूनिवर्सिटीज़ ने पंजाब के हरियाणा स्टूडेंट्स को लेना मना करता बट अज की डेट अक्टूबर या नवंबर का ठीक है जी एंड uh, जो बच्चे दो हज़ार बई पास आउट हुए हैं ਇਨਾਂ ਨੂੰ ਅਕਤੂਬਰ ਦਾ ਇਨਟੇਕ ਜ਼ਰੂਰ ਅਪਲਾਈ ਕਰਨਾ ਚਾਹੀਦਾ ਫਾਟਾ ਫਟ ਆਪਣੀ ਐਡਮਿਸ਼ਨਸ ਕਰਾਣ ਐਡਮਿਸ਼ਨਸ ਕਰਾ ਕੇ ਆਪਣਾ ਜੇਨੂਮ ਟੈਂਪਰੀ ਐਂਟਰੀਡ ਕ੍ਰਾਈਟੇਰੀਆ ਜੀਟੀ ਜਿੰਨੋ ਕਹਿੰਦੇ ਆ ਉਹ ਪਾਸ ਕਰਨ ਪਾਸ ਕਰਾ ਕੇ ਆਪਣੀ ਫਾਈਲ ਲਾਣ ਅੱਜ ਦੀ ਡੇਟ ਇਜ਼ ਵੀਜ਼ਾ ਗ੍ਰਾਂਟ ਦੋ ਹਫ਼ਤੇ ਚ ਹੋ ਰਿਹਾ ਸੋ ਵੀਜ਼ਾਸ ਬਹੁਤ ਤੇਜ਼ੀ ਨਾਲ ਦੇ ਰਹੇ ਹੈਗੇ ਪ੍ਰੋਵਾਈਡਡ ਤੋੜਾ ਜੀਟੀ ਯੂਨੀਵਰਸਿਟੀ ਤੋਂ ਕਲੀਅਰ ਹੋਏ ਤੋ ਤੋੜਾ ਕਨਫਰਮੇਸ਼ਨ ਰੋਲਮੈਂਟ ਜਿਹੜੀ ਜਿਹੜੀ ਆਪਾਂ ਸੀਓਈ ਕੈਨ ਉਹ ਇਸ਼ੂ ਹੋਵੇ ਸਰ ਜੀਟੀ ਨੂੰ ਲੈ ਕੇ ਬੜੀ ਕਨਫਿਊਜ਼ਨ ਸਟੂਡੈਂਟ ਦੇ ਵਿੱਚ ਹੁੰਦੀ ਹੈ ਕਿ ਜੀਟੀ ਨੂੰ ਅੱਜ ਕੱਲ ਆਸਟ੍ਰੇਲੀਆ ਬਹੁਤ ਟਾਈਮ ਜਿੱਦਾਂ ਲੱਗ ਰਿਹਾ ਹੈ ਜੀਟੀ ਕਲੀਅਰ ਕਰਨ ਨੂੰ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਪਹਿਲਾਂ ਤੁਸੀਂ ਅਵੇਅਰ ਰਹਿਣ ਜਿਨ੍ਹਾਂ ਨੇ ਬਾਈਪਾਸ ਆਊਟ ਨੇ ਜਿਨ੍ਹਾਂ ਕੋ ਜੁਲਾਈ ਇਨਟੇਕ ਛੁੱਟ ਚੁੱਕਾ ਹੈ ਉਹਨਾਂ ਕੋਲ ਬਹੁਤ ਘੱਟ ਸਮਾਂ ਜਿਸ ਤਰ੍ਹਾਂ ਕਿਸ ਤਰ੍ਹਾਂ ਨਾਲ ਤਿਆਰ ਕਰ ਸਕਦੇ ਆ ਜਾਂ ਜਿਹੜੇ 2023 ਵਾਲੇ ਆ ਉਹ ਕਿਸ ਤਰ੍ਹਾਂ ਨਾਲ ਪਹਿਲਾਂ ਹੀ ਤਿਆਰੀ ਰੱਖਣ ਆ ਪਲਵਿੰਦਰ ਜੀ ਮੈਂ ਆਲ ਬੀ ਵੈਰੀ ਓਨੈਸਟ ਜਿਹੜੇ ਜਿਨ੍ਹਾਂ ਜਿਹੜੇ ਜੀਟੀ ਦੇ ਵਿੱਚ ਇਟਸ ਨਾਟ ਇੰਨਾ ਟਫ ਨਹੀਂ ਹੈ ਜਿਨ੍ਹਾਂ ਲੋਕੀ ਗੱਲ ਕਰ ਰਹ जीटी बहुत इजी है सिर्फ जड़ी यूनिवर्सिटी डिमांड आई या इमिग्रेशन डिमांड है कि पेरेंट्स दी इनकम 10 लाख ਤੋਂ ਉੱਪਰ ਹੋਣੀ ਚਾਹੀਦੀ ਕੰਬਾਈਨਡ ਇਨਕਮ ਮਦਰ ਤੇ ਫਾਦਰ ਦੀ ਇਨਕਮ 10 ਲੱਖ ਤੋਂ ਉੱਪਰ ਚਾਹੀਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਫੰਡ ਚਾਹੀਦੇ 32 ਤੋਂ 32 ਲੱਖ ਰੁਪਏ ਸ਼ੋ ਕਰਨਾ ਪੈਂਦਾ ਜੇ ਮਾਸਟਰ ਡਿਗਰੀ ਹੈ ਬੈਚਲਰ ਡਿਗਰੀ ਯੂਨੀਵਰਸਿਟੀ ਜਾ ਰਹੇ ਹਨ ਜੇ ਪ੍ਰਾਈਵੇਟ ਇੰਸਟੀਟਿਊਸ਼ਨ ਜਾ ਰਹੇ ਤੇ ਰਫਲੀ ਅਬਾਊਟ 2 लाख ਰੁਪਏ ਸ਼ੋ ਮਨੀ ਮੰਗਦਾ ਸੋ ਜਿਹੜਾ ਸ਼ੋ ਮਨੀ ਲੈ ਕੇ ਲੋਕੀ ਨੇ ਪਰੇਸ਼ਾਨ ਹੈ ਉਹਦਾ ਬੜਾ ਸਿੰਪਲ ਤਰੀਕਾ ਹੈ ਯਾਦੇ ਲੋਨ ਅਗੇਂਸਟ ਪ੍ਰੋਪਰਟੀ ਕਰਾ ਲਓ ਇੱਕ ਦਿਨ ਪੁਰਾਣੇ ਫੰਡ ਚੱਲ ਜਾਂਦੇ ਜਾਂ ਕਿਸੇ ਬੈਂਕ ਜਾ ਕੇ ਥੋੜਾ ਐਫਰਟ ਲੱਗਦਾ ਥੋੜਾ ਜਿਹਾ ਐਫਰਟ ਲੱਗਦਾ ਡਾਕੂਮੈਂਟੇਸ਼ਨ ਕਰਨ ਨੂੰ ਤੁਹਾਨੂੰ ਐਜੂਕੇਸ਼ਨ ਲੋਨਾਂ ਦੀ ਡੇਟ 30 ਲੱਗਦਾ ਐਜੂਕੇਸ਼ਨ ਨੂੰ ਕੋਈ ਵੀ ਬੈਂਕ ਇਸ਼ੂ ਕਰ ਦੇਗਾ 20 ਇਜ਼ ਇਜ਼ੀ 20 ਅੱਜ ਦੇ ਜਿਹੜੇ 30 ਤੋਂ 40 ਲੱਖ ਰੁਪਏ ਵੀ ਇਸ਼ੂ ਹੋ ਰਿਹਾ ਸੋ ਬੱਚੇ ਅਗਰ ਆਪਣਾ ਐਜੂਕੇਸ਼ਨ ਲੋਨ ਇਸ਼ੂ ਕਰਾ ਲਨ ਉਹ ਇੱਕ ਦਿਨ ਪੁਰਾਣਾ ਐਕਸੈਪਟਡ ਹੈ ਲੋਨ ਅਗੇਂਸਟ ਪ੍ਰੋਪਰਟੀ ਇੱਕ ਦਿਨ ਪੁਰਾਣਾ ਐਕਸੈਪਟਡ ਹੈ ਸੋ ਮੇਰੇ ਸਾਹਮਣੇ ਕੋਈ ਦਿੱਕਤ ਨਹੀਂ ਹੈ ਅਸੀਂ ਕਰਵਾਨੇ ਲੋਨਸ इशू ਕਰਵਾਨੇ ਇੱਕ ਦਿਨ ਪੁਰਾਣੇ ਅ ਸਟੂਡੈਂਟ ਦੀ ਜੀਟੀ ਪਾਸ ਹੁੰਦੇ ਨੇ ਵੀਜ਼ਾਸ ਗ੍ਰਾਂਟ ਆ ਰਹੇ ਸਰ ਜਿਵੇਂ ਆਪਾਂ ਫੰਡਸ ਦੀ ਗੱਲ ਕਰਦੇ ਆਂ ਫੰਡਸ ਨੂੰ ਲੈ ਕੇ ਵੀ ਕਈ ਵਾਰੀ ਪ੍ਰੋਬਲਮਸ ਰਹਿੰਦੀਆਂ ਕਾਫੀ ਫੰਡ ਸ਼ੋਅ ਕਰਨੇ ਪੈਂਦੇ ਆਂ ਤੇ ਉਸ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਐਜੂਕੇਸ਼ਨ ਲੋਨ ਹੈ ਪਰ ਐਜੂਕੇਸ਼ਨ ਲੋਨ ਨਾਲ ਬਹੁਤ ਘੱਟ ਲੋਕਾਂ ਦਾ ਰੁਝਾਨ ਆ ਉਸ ਤੋਂ ਚੰਗਾ ਅਗਲਾ ਕਰ ਲੈਂਦਾ ਅੱਜ ਕੱਲ ਜਿੱਦਾਂ ਪੈਕੇਜ ਕਰ ਲੈਂਦੇ ਆਂ ਵੀ ਬਾਅਦ ਚ ਵੀਜ਼ਾ ਲੱਗਣ ਤੋਂ ਬਾਅਦ ਆਪਾਂ ਪੈਸੇ ਦੇ ਦਿੰਦੇ ਆਂ ਪਰ ਐਜੂਕੇਸ਼ਨ ਵਾਲੇ ਲੋਨ ਵਾਲੇ ਕਿ ਉਹ ਨਹੀਂ ਤੁਰਦੇ ਕਿ ਬਹੁਤ ਔਖੇ ਆ ਮਿਲ ਰਿਹਾ ਐਜੂਕੇਸ਼ਨ ਲੋਨ ਜਾਂ ਬੈਂਕਸ ਦੀ ਜੋ ਟਰਮਸ ਨੇ ਉਹ ਪੂਰੀਆਂ ਨਹੀਂ ਕਰ ਪਾਉਂਦਾ ਹਰ ਬੰਦਾ ਨਹੀਂ ਜੀ ਪਲਵਿੰਦਰ ਇੰਨਾ ਕੋਈ ਔਖਾ ਨਹੀਂ ਹੈਗਾ ਅਗਰ ਤੁਹਾਡੇ ਕੋਲ ਚੈਰੀ ਪ੍ਰਾਪਰਟੀ ਜਾਂ ਰਜਿਸਟਰੀ ਪ੍ਰਾਪਰਟੀ ਹੈ ਉਹਦੇ ਅਗੇਂਸਟ ਕੋਈ ਵੀ ਬੈਂਕ ਮੈਨੇਜਰ ਲੋਨ ਦੇ ਦੇ ਅਦੀ ਡੈਟ ਇਸ ਬਲਾਕੇ ਲੋਨ ਦੇ ਦਿੰਦੇ ਆ ਨਾਓ ਅਦੀ ਡੈਟ ਜਿਹੜੇ ਸਟੂਡੈਂਟਸ ਹੈ ਪੈਰੈਂਟਸ ਰੋਜਾਨ ਇਸ ਕਰਕੇ ਟੂਵਰਡਸ ਪੈਕੇਜ ਜਾਂ ਠੇਕਾ ਕਹਿੰਦੇ ਆਪਾਂ ਪੰਜਾਬੀ ਵਿੱਚ ਠੇਕਾ ਕਰਨ ਤੋਂ ਹੁੰਦੇ ਕਿ ਸਾਨੂੰ ਪਹਿਲੇ ਕੋਈ ਪੈਸੇ ਨਾ ਖਰਚਣੇ ਪੈਣ ਵੀਜ਼ਾ ਮਿਲ ਜਾਏਗਾ ਚਾਹ 6 ਲੱਖ ਰੁਪਏ ਸਾਡੇ ਐਕਸਟਰਾ ਲੱਗਦੇ दैट इज ਫਾਈਨ ਵਿਦ ਅਸ ਸੋ ਮੈਂ ਸਟੂਡੈਂਟ ਨੂੰ ਦੱਸਣਾ ਚਾਹਾਂਗਾ ਪੈਕੇਜ ਤੇ ਠੇਕੇ ਤੇ ਜਾਣ ਨਾਲ ਲੌਂਗ ਰਨ ਦਾ ਨੁਕਸਾਨ ਵੀ ਹੋ ਸਕਦਾ ਹੈ ਸਟੂਡੈਂਟ ਅੱਜ ਦੀ ਡਿਗਰੀ ਸਿਰਫ ਇੱਕ ਬੈਚਲਰ ਡਿਗਰੀ ਨਹੀਂ ਜਾ ਰਿਹਾ ਬੈਚਲਰ ਡੀਰ ਕਰਨ ਤੋਂ ਬਾਅਦ ਹੋ ਸਕਦਾ ਉਹਨ ਇੱਕ ਸਟੂਡੈਂਟ ਵੀਜ਼ਾ ਵਧਾਣਾ ਹੋਇਆ ਆਪਣਾ ਪੁਰਾਣੀ ਡਾਕੂਮੈਂਟੇਸ਼ਨ ਦੀ ਲੋੜ ਪੈਂਦੀ ਹੈ ਪੁਰਾਣੀ ਅਗਰ ਤੁਸੀਂ ਪੈਕੇਜ ਗਏ ਹੋ ਤੁਹਾਡਾ ਏਜੰਟ ਤੁਹਾਨੂੰ ਪੁਰਾਣੀ ਡਾਕੂਮੈਂਟੇਸ਼ਨ ਕਦੇ ਵੀ ਨਹੀਂ ਦਿੰਦਾ ਉਸ ਤੋਂ ਇਲਾਵਾ ਤੁਸੀਂ ਪਰਮਨੈਂਟ ਰੈ residency ਅਪਲਾਈ ਕਰਨੀ ਹੈ ਅਗਰ ਤੁਹਾਡਾ ਕੋਈ ਡਾਕੂਮੈਂਟ ਫਰੌਲੈਂਡ ਡਾਕੂਮੈਂਟ ਦੇ ਬੇਸ ਤੇ ਤੁਸੀਂ ਗਏ ਹੋਏ ਹੋ ਤੇ ਤੁਹਾਨੂੰ ਪਰਮਨੈਂਟ ਰੈ residency ਵਿੱਚ ਦਿੱਕਤ ਆ ਸਕਦੀ ਹੈ ਇਸ ਕਰਕੇ ਜੈਨੂਇਨ ਡਾਕੂਮੈਂਟੇਸ਼ਨ ਤੇ ਜਾਓ ਔਰ ਅਗਰ ਫਾਦਰ ਅਗਰ ਪੈਰੈਂਟਸ ਨੂੰ ਸਿਰਫ 10 ਤੋਂ 15 ਨਹੀਂ ਲੱਗਦੇ ਐਜੂਕੇਸ਼ਨ ਲੋਨ ਇਸ਼ੂ ਕਰਾਣ ਨੂੰ ਉਹ ਅਗਰ ਉਹ ਐਫਰਟ ਸੈਂਸੀਏਟਲੀ ਕਰ ਲੋ ਤੁਹਾਡਾ ਐਜੂਕੇਸ਼ਨ ਲੋਨ ਇਸ਼ੂ ਹੁੰਦਾ ਤੁਸੀਂ ਜੈਨੂਇਨ ਡਾਕੂਮੈਂਟੇਸ਼ਨ দাও ਤੁਹਾਨੂੰ ਕਦੀ ਜ਼ਿੰਦਗੀ ਚ ਪ੍ਰੋਬਲਮ ਨਹੀਂ ਆ ਸਕਦੀ ਤੁਸੀਂ ਪੀਆਰ ਅਪਲਾਈ ਕਰਨੀ ਹੈ ਉਹ ਵੀ ਰਿਕੁਆਇਰਡ ਹੈ ਹਾਂਜੀ ਹਾਂਜੀ ਸਰ ਆਪਾਂ ਕਾਲ ਲੈ ਲੈਂਦੇ ਹਾਂ ਜੀ ਹਾਂਜੀ ਅ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਲਾਈਵ ਸ਼ੋਅ ਦੇਖ ਰਿਹਾ ਜੀ ਹਾਂਜੀ ਹਾਂਜੀ ਕਿੱਥੋਂ ਬੋਲ ਰਹੇ ਹੋ ਸਰ ਅਸਮ ਬਟਿੰਡੇ ਦਾ ਹਾਂਜੀ ਤੁਸੀਂ ਸਰ ਨਾਲ ਗੱਲ ਕਰ ਸਕਦੇ ਹੋ ਜੀ ਕੀ ਪੁੱਛਣਾ ਚਾਹੁੰਦੇ ਹੋ ਮੈਂ ਵੀ ਇਹ ਵਾਲੀ ਪੁੱਛਣਾ ਚਾਹਣਾ ਹਾਂ ਮੈਂ ਹੈਲਥ ਕੀਤੀ ਹੋਈ ਹੈ ਅੱਛਾ ਜੀ ਤੁਸੀਂ ਕਿੰਨੇ ਪੜੇ ਹੋ ਜੀ 12ਵੀਂ 21 ਦਾ 21 ਤੋਂ ਬਾਅਦ ਕੀ ਕਰ ਰਹੇ ਹੋ ਜੀ ਗੈਪ ਹੈ ਜੀ ਹਾਂਜੀ ਗੈਪ ਹੈ ਗਿਆ ਹਾਂਜੀ ਤੇ ਪਲੱਸ 2 ਤੁਸੀਂ ਕਿਹੜੇ ਕਿਹੜੇ ਸਬਜੈਕਟ ਪੜੇ ਹੋਏ ਜੀ ਮੈਥ ਇਕਨੋਮਿਕਸ ਅਰਥਸ ਵਿੱਚ ਓਕੇ 8 ਦੇ ਸਬਜੈਕਟ ਪੜੇ ਹੈ सो so, uh, मैं थोनों तो uh, गाइड करना चाहूँगा कि बैटर यही है, है कि अगर थोड़े को तो न्यूजीलैंड चाहते हो तो एलिजीबिलिटी न्यूज़ीलैंड बन जाएगी न्यूजीलैंड ईजीली अपलाई कर सकते हो ऑस्ट्रेलिया गैप एक्सैप्ट नहीं करता मैक्सिमम गैप ट्वेंटी ट्वेंटी टू का ले रहे अज की डेटें सो ट्वेंटी वन का थोड़ा गैप तो दो साल का उपर गैप हो तो इस करके बैटर यही है दूजी कंट्री अपलाई कर लो चाहे वह कैनेडा है क्योंकि कैनेडा च भी हो डेट पी टी एक्सैप्टेंस शुरू हो रहा है या तुम न्यूजीलैंड अप्लाई कर हो ਸਰ ਸੰਦੇਗੀ ਖਰਚਾ ਹੋਈ ਹੋਰ ਸਰ ਨਿਊਜ਼ੀਲੈਂਡ ਦੇ ਵਿੱਚ ਤਨੋਂ 20 ਲੱਖ ਰੁਪੀਆ ਪਰイヤー ਦੇ ਸਾਹਮਣੇ ਸ਼ੋ ਕਰਨੇ ਪੈਂਦੇ ਮੈਕਸਮ ਤੁਹਾਡੀ ਸ਼ੋ ਮਨੀ 38 ਲੱਖ ਰੁਪੀਆ ਦੇ ਕਿਨ ਬੰਦੀ ਹੈ ਤੁਸੀਂ 2 ਸਾਲ ਦੀ ਡਿਪਲੋਮਾ ਲਈ ਜਾਂ 3 ਸਾਲ ਦੀ ਬੈਚਲਰ ਡਿਗਰੀ ਲਈ ਜਾ ਸਕਦੇ ਹੋ ਓਕੇ ਹਾਂ ਜੀ ਤਾਂ ਆਪਣਾ ਹਾਂ ਕਿਹੜਾ ਮਿਲ ਸਕਦਾ ਜਿਹੜਾ ਨੈਕਸਟ ਇਨਟੇਕ ਅਕਟੋਬਰ ਦਾ ਹੈਗਾ ਤੁਸੀਂ ਮੈਨੂੰ ਕੱਲ ਮਾਰਨਿੰਗ ਗਿਆ ਹੋਂ ਤੁਸੀਂ ਮੈਨੂੰ ਸ਼ੇਅਰ ਕਰ ਸਕਦੇ ਆਪਣੇ ਡਾਕੂਮੈਂਟੇਸ਼ਨ ਅਕੈਡੈਮਿਕ ਡਾਕੂਮੈਂਟੇਸ਼ਨ ਤੇ ਜਿਹੜਾ ਪੀਟੀ ਦਾ ਰਿਜ਼ਲਟ ਹੈ ਤੇ ਉਹ ਚੈੱਕ ਕਰਕੇ ਅਸੀਂ ਤੁਹਾਨੂੰ ਕੱਲ ਆਈ ਵਿਲ ਗੈਟ ਬੈਕ ਟੂ ਯੂ ਕੋਰਸੇ ਦੇ ਨਾਲ ਠੀਕ ਹੈ ਸਪੈਕੀ ਰਾਈਟ ਜੀ ਅ ਜਿਸ ਤਰ੍ਹਾਂ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਲਾਈਵ ਸ਼ੋਅ ਹੈਗਾ ਔਰ ਇਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਸਰਦੀ 31 ਸਾਲਾਂ ਦਾ ਸਰਦਾ ਐਕਸਪੀਰੀਅੰਸ ਹੈ 31 ਸਾਲ ਤੋਂ ਸਟੂਡੈਂਟ ਵੀਜ਼ਾ ਦੇ ਵਿੱਚ ਡੀਲ ਕਰ ਰਿਹਾ ਹੈ ਇਹਨਾਂ ਦੇ ਗਏ ਹੋਏ ਸਟੂਡੈਂਟ ਬਹੁਤ ਵਧੀਆ ਤਰੀਕੇ ਨਾਲ ਸੈੱਟ ਨੇ ਵੱਖ-ਵੱਖ ਕੰਟਰੀ ਦੇ ਵਿੱਚ ਤੇ ਇਸ ਲਈ ਸਾਡਾ ਇਹਨਾਂ ਨੂੰ ਲੈ ਕੇ ਆਉਣ ਦਾ ਹੀ ਮਕਸਦ ਹੈ ਕਿ ਜਿਹੜੇ ਸਟੂਡੈਂਟ ਵਿਦੇਸ਼ ਜਾਣਾ ਚਾਹੁੰਦੇ ਆ ਉਹਨਾਂ ਨੂੰ ਸਹੀ ਗਾਈਡੈਂਸ ਮਿਲ ਸਕੇ ਕਿਸ ਤਰ੍ਹਾਂ ਦੇ ਨਾਲ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕਦੇ ਆ ਔਰ ਅੱਗੇ ਜਾ ਕੇ ਪੀਆਰ ਲੈ ਸਕਦੇ ਆ ਵਧੀਆ ਤਰ੍ਹਾਂ ਆਪਣੀ ਜਿਹੜਾ ਸੁਪਨਾ ਹੈ ਵਿਦੇਸ਼ ਜਾਣ ਦਾ ਉਹ ਪੂਰਾ ਕਰ ਸਕਦੇ ਨੇ ਤੇ ਸਰ ਆਪਾਂ ਜਿੱਦਾਂ ਹੁਣ ਗੱਲ ਕਰ ਰਹੇ ਸੀ ਜੀਟੀਈ ਦੀ ਤੇ ਫੰਡਸ ਨੂੰ ਲੈ ਕੇ ਇਹ ਪ੍ਰੋਬਲਮ ਲੈਂਦੀਆਂ ਮੰਨ ਲਓ ਕਈ ਸਟੂਡੈਂਟ ਜਿਹੜੇ ਆਫਟਰ ਵੀਜ਼ਾ ਕਰਦੇ ਆ ਉਹਦੇ ਚ ਕਈ ਡਾਕੂਮੈਂਟਸ ਜਿਦਾਂ ਤੁਸੀਂ ਦੱਸਿਆ ਵੀ এজੈਂਟਸ ਆਪਣੇ ਵੱਲੋਂ ਲਾ ਦਿੰਦੇ ਆ ਫੇਕ ਵੀ ਲਾ ਦਿੰਦੇ ਆ ਉਹਦੇ ਨਾਲ ਵੀਜ਼ਾ ਨਹੀਂ ਆਉਂਦਾ ਕਈ ਵਾਰੀ ਆ ਜਾਂਦਾ ਪਰ ਵੀਜ਼ਾ ਆਉਣ ਤੋਂ ਬਾਅਦ ਉਹਨੂੰ ਕੱਲ ਨੂੰ ਉੱਥੇ ਜਾ ਕੇ ਪ੍ਰੋਬਲਮਸ ਕਿਦਾਂ ਦੀਆਂ ਉਹ ਦੇਖ ਰਹੀਆਂ ਪੈ ਸਕਦੀਆਂ ਜੇ ਤੁਹਾਡਾ ਵੀਜ਼ਾ ਗ੍ਰਾਂਟ ਆ ਜਾਂਦਾ ਹੈਗਾ ਤੁਸੀਂ ਅਗਰ ਤੁਹਾਡੇ ਏਜੰਟ ਨੇ ਕੋਈ ਡਾਕੂਮੈਂਟੇਸ਼ਨ ਗਲਤ ਲਾਈਆਂ ਤੁਸੀਂ ਇੰਟਰਵਿਊ ਕਰ ਜਾਂਦੇ ਹੋ ਤੇ ਤੁਸੀਂ ਆਪਣਾ ਪੜਨਾ ਵੀ ਸ਼ੁਰੂ ਕਰ ਦਿੰਦੇ ਹੋ ਪਲੀਜ਼ ਆ ਯਾਦ ਰੱਖਣਾ ਕਿ ਤੁਸੀਂ 3 ਸਾਲ ਦਾ ਵੀਜ਼ਾ ਹੈਗਾ ਤੁਸੀਂ ਐਕਸਟੈਂਡ ਕਰਾਣਾ ਜਦ ਤੁਸੀਂ ਵੀਜ਼ਾ ਐਕਸਟੈਂਡ ਕਰਾਣਾ ਤੇ ਤੁਹਾਡੀ ਪ੍ਰਾਈਮ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਆ ਸਕਦੀ ਹੈ ਜਿਹੜਾ ਇਮੀਗ੍ਰੇਸ਼ਨ ਆਫੀਸਰ ਉਹ ਪੁਰਾਣੀ ਡਾਕੂਮੈਂਟ ਚੈੱਕ ਵੀ ਕਰ ਸਕਦਾ ਮੰਗ ਵੀ ਸਕਦਾ ਦੁਬਾਰਾ ਅਗਰ ਉਹ ਤੁਹਾਡੀ ਦੁਬਾਰਾ ਅਕੈਡੈਮਿਕ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਮੰਗਦਾ ਹੈਗਾ ਉਹ ਤੁਸੀਂ ਨਹੀਂ ਪ੍ਰੋਡਿਊਸ ਕਰਦੇ ਤੁਹਾਡਾ ਵੀਜ਼ਾ ਨਹੀਂ ਐਕਸਟੈਂਡ ਹੋਏਗਾ ਅੱਗੇ ਸੋ ਵਨ ਇੱਕ ਹੈ ਮੇਜਰ ਦਿੱਕਤ ਹੈ ਕਿ ਸੈਕਿੰਡ ਦਿੱਕਤ ਆਉਂਦੀ ਹੈ ਜਦ ਪਰਮਨੈਂਟ ਰੈਜ਼ਿਡੈਂਸੀ ਪਾਣਦੇ ਆ ਸੋ ਕਈ ਵਾਰ ਸਟੂਡੈਂਟ ਜਦ ਪਰਮਨੈਂਟ ਰੈਜ਼ਿਡੈਂਸੀ ਲਈ ਅਪਲਾਈ ਡਾਕੂਮੈਂਟੇਸ਼ਨ ਬਫਸ ਆ ਜਾਂਦੀ ਐ ਐਂਬੈਸੀ ਤੋਂ ਕਹਿੰਦੇ ਵੈਰੀਫਾਈ ਕਰਾ ਕੇ ਦੋ ਤੁਸੀਂ ਆਪਣਾ ਬੈਂਕ ਲੋਨ ਜਾਂ ਆਪਣਾ ਜਿਹੜੇ ਬੈਂਕ ਸਟੇਟਮੈਂਟ ਵੈਰੀਫਾਈ ਕਰਾ ਕੇ ਦੋ ਉਹ ਪੋਸਿਬਿਲਟੀ ਖਤਮ ਹੋ ਜਾਂਦੀ ਐ ਸੋ ਇਸ ਟਾਈਪ ਦੀ ਦਿੱਕਤ ਆਂਦੀ ਹੈਗੀ ਸੋ ਆਸਟ੍ਰੇਲੀਆ ਦਾ ਜਿਹੜਾ ਰੂਲ ਹੈ ਜੇ ਤੁਹਾਨੂੰ ਪਰਮਨੈਂਟ ਰੈਜ਼ਿਡੈਂਸੀ ਵੀ ਮਿਲ ਜਾਂਦੀ ਐ ਬਲਵਿੰਦਰ ਐਂਡ 10 ਸਾਲ ਬਾਅਦ ਤੁਹਾਡੀ ਕੋਈ ਕੰਪਲੇਂਟ ਹੋ ਜਾਏ ਤੁਸੀਂ ਫਰਾਡਨ ਡਾਕੂਮੈਂਟੇਸ਼ਨ ਤੇ ਤਾਂ ਵੀ ਤੁਹਾਨੂੰ ਡਿਪੋਰਟ ਕਰ ਦਿੰਦੇ ਐ 10 ਸਾਲ ਬਾਅਦ ਵੀ ਵਾਪਸ ਹਾਂ ਜੀ ਇਵਨ ਆਫਟਰ ਪਰਮਨੈਂਟ ਰੈਜ਼ਿਡੈਂਸੀ ਸੋ ਡੇਵਨ ਤੋਂ ਤੁਸੀਂ ਆਪਣੇ ਬੜੇ ਕਲੀਨ ਪੇਪਰਸ ਨਾਲ ਜਾਓ ਇਹ ਮੇਰੀ ਸਾਰੇ ਸਟੂਡੈਂਟਸ ਨੂੰ ਇੱਕ ਗਾਈਡੈਂਸ ਹੈ ਬਾਕੀ ਦੇਖੋ ਜੀ ਜਿਸ ਤਰ੍ਹਾਂ ਜਿੰਨੋ ਜਿਹੜੀ ਗਾਈਡੈਂਸ ਮਿਲਦੀ ਹੈ ਲੋਕੀ ਉਹ ਲੈ ਕੇ ਚਲੇ ਜਾਂਦੇ ਹਮ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਜੇ ਤੁਸੀਂ ਜਾਣਾ ਹੈਗਾ ਤਾਂ ਸਹੀ ਡਾਕੂਮੈਂਟੇਸ਼ਨ ਆਪਣੀ ਲਾਓ ਉਸ ਦੇ ਨਾਲ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਿਹੜਾ ਵੀ ਕੋਰਸ ਲੈਣਾ ਜਿਹੜੇ ਜਿਹੜੇ ਕਾਲਸ ਲੈਣੇ ਸਰ ਜਿਵੇਂ ਆਪਾਂ ਨੂੰ ਕਾਲ ਆਈ ਸੀ ਪਲੱਸ 2 2021 ਹੈ ਇਹਨਾਂ ਲਈ ਕੋਈ ਆਪਸ਼ਨ ਇਸ ਟਾਈਮ ਸਟਰੀਜ ਨਹੀਂ ਵੱਜਦੀ ਡੈਫੀਨਟਲੀ ਨਹੀਂ ਇਹ ਪਲਵਿੰਦਰ ਜੀ ਅਗਰ 2021 ਵਾਲਾ ਸਟੂਡੈਂਟ ਕੋਈ ਇਗਜ਼ਾਮ ਜਿਸ ਤਰ੍ਹਾਂ ਕਈ ਦਫਾ ਬੱਚੇ ਇੰਟਰਸ ਇਗਜ਼ਾਮ ਦਿੰਦੇ ਆ ਰੇਲਵੇਜ਼ ਦਾ ਇਗਜ਼ਾਮ ਦੇ ਰਹੇ ਹੁੰਦੇ ਆ ਜਾਂ ਯੂ نو ਕਿਸੇ ਟਾਈਪ ਦੀ ਸਟੱਡੀਜ਼ ਕਰ ਰਹੇ ਹੁੰਦੇ ਆ ਉਹ ਐਕਸੈਪਟ ਹੋ ਜਾਂਦੇ ਜਸਟੀਫਾਈ ਕਰਨਾ ਪੈਂਦਾ ਅਗਰ ਤੁਸੀਂ ਗੈਪ ਨੂੰ ਜਸਟੀਫਾਈ ਕਰ ਲੈਂਦੇ ਹੋ ਤੇ ਦੈਨ ਤੁਹਾਡੀ ਐਕਸੈਪਟੈਂਸ ਇਨਟੂ ਯੂਨੀਵਰਸਿਟੀ ਹੋ ਸਕਦੀ ਹੈ ਸਰ ਜਿਵੇਂ ਪ੍ਰੋਸੈਸਿੰਗ ਟਾਈਮ ਜਿਹੜੇ ਸਟੂਡੈਂਟ ਹੁਣ 23 ਪਾਸ ਆਊਟ ਨੇ ਜਾਂ ਆਈਲਟਸ ਕਰ ਰਹੇ ਜਾਂ ਪੀਟੀ ਕਰ ਰਹੇ ਆ ਹਾਂਜੀ ਉਹਨਾਂ ਦਾ ਕਦੋਂ ਤੋਂ ਉਹ ਅਪਲਾਈ ਜਿਵੇਂ ਕਰ ਸਕਦੇ ਆ ਨਵੰਬਰ ਇਨਟੇਕ ਲਈ ਔਰ ਕਿਸ ਤਰ੍ਹਾਂ ਦੇ ਨਾਲ ਕਿੰਨਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਰਿਹਾ ਇਸ ਦੇ ਵਿੱਚ Uh, देखो पुलविंदर जी अज्ज डेट दो हज़ार तेई के स्टूडेंट्स ऑलरेडी साढ़े कोईट्स पास करके आने शुरू हो गए हैं एंड नंबर इनटेकली बड़े ईजीली एक्सैप्टेंस है बिकॉज अगर उन्होंने फाइनैशियल डॉक्यूमेंटेशन इन ऑर्डर है सो दे कैन ईजली अप्लाय तो जोड़े बच्चे टू बी ऑनस्ट जोड़े बच्चे जेड ग्यारहवीं पढ़ रहे हैं hmm. अपनी उन्होंने अपनी इंग्लिश अपग्रेड होने शुरू कर देनी चाहिए तो उन्होंने पेरेंट्स ऑलरेडी किस तो गाइडेंस लैके अपने फाइनैशियल डॉक्यूमेंटेशन इन ऑर्डर ले आने चाहिए सो so, जे जोड़ा बच्चा 12ਵੀਂ ਪਾਸ ਕਰ ਰਹੇ ਜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਇਨ ਆਰਡਰ ਹੈ ਤੁਸੀਂ ਜੁਲਾਈ ਸੈਸ਼ਨ ਇਲੀ ਨਿਕਲ ਸਕਦੇ ਹੋ ਉਸ ਤੋਂ ਇਲਾਵਾ ਤੁਹਾਡਾ ਨਵੰਬਰ ਸੈਸ਼ਨ ਬੜੇ ਨਾਮ ਨਿਕਲ ਸਕਦੇ ਹੋ ਆਦੀ ਰੇਟ ਟੈਕਨੀਕਲੀ ਜੀਟੀ ਕਰਕੇ ਐਡਮਿਸ਼ਨ ਲੈ ਕੇ ਜੀਟੀ ਕਰਕੇ ਮਿਨਿਮਮ ਡੇਟ ਤੋਂ 2 ਮਹੀਨੇ ਲੱਗਦੇ ਨੇ ਜੀ ਵੀਜ਼ਾ ਗ੍ਰਾਂਟ ਲੈ ਕੇ ਮੈਨ ਤਾਂ ਜਿਹੜਾ ਜੀਟੀ ਨੂੰ ਕਲੀਅਰ ਕਰਨਾ ਉਸ ਤੇ ਜ਼ਿਆਦਾ ਟਾਈਮ ਲੱਗਦਾ ਉਸ ਤੋਂ ਬਾਅਦ ਫਿਰ ਵੀਜ਼ਾ ਸਿੱਟੀ ਆ ਸਕਦਾ ਸਟੂਡੈਂਟ ਦਾ ਪਲਵੰਦਰ ਜੀ ਮੈਂ ਤੁਹਾਡੇ ਨਾਲ ਥੋੜਾ ਜਿਹਾ ਇਸ ਚੀਜ਼ ਤੇ ਸਹਿਮਤ ਨਹੀਂ ਹਾਂ ਜੀ ਜੀਟੀ ਦੇ ਅੰਦਰ ਅਗਰ ਤੁਹਾਡੇ ਡਾਕੂਮੈਂਟੇਸ਼ਨ ਜੈਨੂਨ ਹੈ ਹੂੰ ਕੋਈ ਵੀ ਯੂਨੀਵਰਸਿਟੀ ਤੋਂ ਨਾ ਟਾਈਮ ਲੈਂ ਲਾਂ ਤੇ ਕਲੀਅਰ ਕਰਨਾ ਤੁਹਾਡੀ ਯੂਨੀਵਰਸਿਟੀ ਕਲੀਅਰੈਂਸ ਈਜ਼ੀ ਮਿਲ ਜਾਂਦੀ ਹੈ ਠੀਕ ਹੈ ਜੀ ਜਿਵੇਂ ਸਰ ਦੱਸ ਰਿਹਾ ਕਿ ਜਿਹੜੇ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਇਸ ਟਾਈਮ ਪ੍ਰੋਬਲਮ ਨਹੀਂ ਹੈਗੀ ਤੇ ਫੰਡ ਜੇ ਤੁਸੀਂ ਤੁਹਾਡੇ ਡਾਕੂਮੈਂਟ ਜੈਨੂਇਨ ਨੇ ਤਾਂ ਤੁਸੀਂ ਆਸਟ੍ਰੇਲੀਆ ਦਾ ਛੇਤੀ ਹੀ ਸਟੱਡੀ ਵੀਜ਼ਾ ਨੋਮਬਰ ਇਨਟੇਕ ਦੇ ਲਈ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਸਰ ਆਪਾਂ ਜਿਹੜੇ ਨਰਸਿੰਗ ਦਾ ਪ੍ਰੋਗਰਾਮ ਕੀ ਹੈਗਾ ਜਿੰਦਾ ਆਪਾਂ ਪਹਿਲਾਂ ਵੀ ਡਿਸਕਸ ਇੱਕ ਦੋ ਵਾਰ ਕੀਤਾ ਹੈਗਾ ਨਰਸਿੰਗ ਲਈ ਕਿਹੜੀ ਨਰਸਿੰਗ ਜਾ ਸਕਦੀ ਹੈ ਕਿਹੜੇ ਐਲੀਜੀਬਲ ਹੈਗੇ ਆ ਨਰਸ ਕਮਿਊਨਿਟੀ ਵੈਲਫੇਅਰ ਆਫਿਸਰਸ ਜਾਂ ਤੁਸੀਂ ਕਹੋ ਜੀ ਇੰਡੀਵਿਜੁਅਲ ਸਪੋਰਟ ਵਰਕਰਸ ਦੀ ਉੱਤੇ ਕਾਫੀ ਡਿਮਾਂਡ ਆਈ ਹੈ ਸੋ ਉਹਦੇ ਤਹਿਤ ਉਹਨਾਂ ਦੀ ਡਿਮਾਂਡ ਇਨੀ ਹਿਊਜ ਹੈ ਆਸਟ੍ਰੇਲੀਆ ਦੇ ਵਿੱਚ ਕਿ ਦੇ ਹੈਵ ਡਿਸਾਈਡਡ ਕਿ ਇੱਥੇ ਜਿਹੜੇ ਬੀਐਸਸੀ ਨਰਸਿੰਗ ਕਰ ਰਹੇ ਹੈਗੇ ਅਗਰ ਉਹ 3 ਮਹੀਨੇ ਦਾ ਕੋਰਸ ਆਨਲਾਈਨ ਕਰ ਲੈਣ ਸਰਟੀਫਿਕੇਟ 3 ਇਨ ਇੰਡੀਵਿਜੁਅਲ ਸਪੋਰਟ ਵਰਕਰ ਦਾ ਕੋਰਸ ਕਰ ਲੈਂਦੇ ਹੈਗੇ ਉਹ ਕੋਰਸ ਕਰਕੇ ਦੇ ਬਿਕਮ ਇਲੀਜੀਬਲ ਟੂ ਅਪਲਾਈ ਐਜ਼ ਅ ਕਮਿਊਨਿਟੀ ਵਰਕਰ देयर ਸੋ ਉਹਨਾਂ ਦੇ ਆਰ ਗਿਵਿੰਗ 2 ਇਅਰਸ ਦਾ ਵਰਕ ਪਰਮਿਟ ਦੇ ਰਹੇ ਹੈਗੇ ਸੋ アフター ਕੰਪਲੀਸ਼ਨ ਆਫ ਦੀ ਕੋਰਸ ਉਹਨਾਂ ਦੀ ਜਿਹੜੇ EMPLOYEES ਦੇ ਨਾਲ ਇੰਟਰਵਿਊ ਹੁੰਦਾ ਅਗਰ ਇੰਟਰਵਿਊ ਪਾਸ ਕਰ ਲੈਂਦੇ ਹੈਗੇ देन ਦੇ ਕੈਨ ਅਪਲਾਈ ਫਾਰ ਸਬਕਲਾਸ 482 ਸੋ ਜਿਹਦੇ ਜਿਹਦੇ ਦੌਰਾਨ ਉਹਨਾਂ ਨੂੰ 2 ਸਾਲ ਦਾ ਵੀਜ਼ਾ ਮਿਲਦਾ 2 ਤੋਂ 4 ਸਾਲ ਦਾ ਵੀਜ਼ਾ ਮਿਲ ਸਕਦਾ ਹੈ ਐਂ ਜਿਹੜੇ बीएससी ਨਰਸਿਸ ਚਾਹੀਦੇ ਆ ਸੀ ਜਿਨ੍ਹਾਂ ਦਾ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਹੈ ਔਰ ਐਕਸਪੀਰੀਅੰਸ ਵੀ ਕਲੀਨਿਕਲ ਹੋਣਾ ਚਾਹੀਦਾ ਸੋ ਟਿਲ ਦੀ ਏਜ ਆਫ 45 ਦੇ ਆਰਿਲੀਜੀਬਲ ਸਰ ਜਿਹੜਾ ਤੇ 3 ਮੰਥਸ ਦੀ ਸਟੱਡੀ ਜਿਵੇਂ ਤੁਸੀਂ ਕਹਿ ਰਹੇ ਹੋ ਕੋਰਸ ਕਰਨਾ ਪੈਂਦਾ ਉਹਨਾਂ ਨੂੰ ਉੱਤਰ ਜਾ ਕੇ ਆਸਟ੍ਰੇਲੀਆ ਦੇ ਵਿੱਚ ਇੱਧਰ ਹੀ ਉਹਨਾਂ ਦਾ ਆਨਲਾਈਨ ਕਿਦਾਂ ਹੋਣਾ ਪਲਵਿੰਦਰ ਜੀ ਅਸੀਂ ਆਨਲਾਈਨ ਐਡਮਿਸ਼ਨ ਕਰਾਣੇ ਆਨਲਾਈਨ ਬੈਟ ਕਿ ਉਹਨਾਂ ਨੂੰ ਕੰਪਲੀਟ ਕਰਨਾ ਪੈਂਦਾ ਠੀਕ ਹੈ ਜੀ ਉਹ ਜਿਹੜਾ ਕੋਰਸ ਹੈਗਾ ਸਰਟੀਫਿਕੇਟ 3 ਇਨ ਇੰਡੀਵਿਜੂਅਲ سپورਟ ਵਰਕਰ ਦਾ ਇੰਡੀਆ ਦੇ ਵਿੱਚ ਰਹਿ ਕੇ ਹੀ ਉਹਨਾਂ ਨੂੰ 3 ਮੰਥ ਦਾ ਜਿਹੜਾ ਕੋਰਸ ਆ ਹੋਊਗਾ ਹਾਂ ਜੀ ਡੈਫੀਨਿਟਲੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਅੱਗੇ ਫਦਰ ਜਿਹੜਾ ਵਰਕ ਪਰਮਿਟ ਜਿਹੜਾ ਤੁਸੀਂ ਕਹਿੰਦੇ ਹੋ ਉਹ ਮਿਲ ਸਕਦਾ ਹਾਂ ਜੀ ਹਾਂ ਜੀ ਉਹ ਕਾਲਜ ਵਾਲੇ ਹੀ ਅ ਤੇ ਸਰ ਆਪਾਂ ਜਿਵੇਂ ਆਸਟ੍ਰੇਲੀਆ ਤੇ ਹੀ ਗੱਲ ਕਰਦੇ ਆ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਜਿਹੜੇ ਸਟੂਡੈਂਟ ਨੇ ਜਿਵੇਂ ਹੁਣ ਆਪਾਂ ਇੱਕ ਕਾਲ ਲੈ ਲੈਂਦੇ ਆ ਸਰ ਇਹ ਇੱਕ ਵਕਤ ਇਹ ਕਾਲ ਦਾ ਆਪਾਂ ਲੈਨੇ ਆ ਇਹਨਾਂ ਦਾ ਆਨਸਰ ਤੇ ਤੁਸੀਂ ਵੀ ਜਿਹੜੇ ਸਟੂਡੈਂਟ ਸਾਨੂੰ ਸ਼ੋਅ ਦੇਖ ਰਿਹਾ ਸ਼ੋਅ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਆਪਣੇ ਜੋ ਵੀ ਤੁਹਾਡੇ ਸਵਾਲ ਨੇ ਆਸਟ੍ਰੇਲੀਆ ਸਟਡੀ ਨਾਲ ਰਿਲੇਟਡ ਸਾਨੂੰ ਪੁੱਛ ਸਕਦੇ ਹੋ ਤੇ ਜਿਹੜੇ ਵੀ ਬੱਚੇ ਨੇ ਜਿਨ੍ਹਾਂ ਨੇ ਫਾਈਲ ਲਾਈ ਹੋਈ ਉਹ ਵੀ ਇਸ ਸ਼ੋਅ ਦੇ ਵਿੱਚ ਤੁਸੀਂ ਕੋਈ ਵੀ ਸਵਾਲ ਹੈ ਤੁਹਾਡਾ ਫੰਡਸ ਨੂੰ ਲੈ ਕੇ ਜਾਂ ਐਜੂਕੇਸ਼ਨ ਲੋਨ ਨੂੰ ਲੈ ਕੇ ਤਾਂ ਤੁਸੀਂ ਉਹ ਸਾਰੇ ਇਸ ਸ਼ੋਅ ਦੇ ਵਿੱਚ ਪੁੱਛ ਕੇ ਆਪਣੇ ਜਿਹੜੀ ਜਾਣਕਾਰੀ ਹੈ ਵਿਦੇਸ਼ ਜਾਣ ਦੀ ਲੈ ਸਕਦੇ ਹੋ ਸਰ ਆਪਾਂ ਇੱਕ ਯੂਕੇ ਦਾ ਵੀ ਇਸ ਤਰ੍ਹਾਂ ਨਾਲ ਗੱਲ ਕਰਦੇ ਹਾਂ ਵੀ ਯੂਕੇ 'ਚ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਆ ਜਿੱਦਾਂ ਆਪਾਂ ਦੇਖਦੇ ਆਂ ਵੀ 2024 ਦੇ ਵਿੱਚ ਯੂਕੇ ਨੂੰ ਲੈ ਕੇ ਜਿਹੜਾ ਹੈਗਾ ਵੀ ਸਪਾਊਸ ਨੂੰ ਨਾਲ ਨਹੀਂ ਜਾ ਸਕਦਾ ਹੋਰ ਕਾਫੀ ਧਾਰਨਾਵਾਂ ਜਿੱਦਾਂ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਵੀ ਯੂਕੇ ਬੜਾ ਟਫ ਹੋਣ ਵਾਲਾ ਜਾਂ ਵੀਜ਼ਾ ਨਹੀਂ ਦੇਣ ਵਾਲਾ ਇਸ ਤਰ੍ਹਾਂ ਦਾ ਮਾਹੌਲ ਅੱਗੇ ਆਉਗਾ ਇਹਦੇ ਵਿੱਚ ਦੇਖੋ ਜੀ ਯੂਕੇ ਕਾਫੀ ਪਪੂਲਰ ਹੈ ਇਸ ਟਾਈਮ ਤੇ ਵਿੱਚ ਕਾਲ ਆ ਗਈ ਜੀ ਇੱਕ ਮੈਡ ਲੱਗਦਾ ਹੈਲੋ ਸਸਿਕਾ ਸਰ ਸਸਿਕਲ ਜੀ ਕੌਣ ਬੋਲ ਰਹੇ ਜੀ ਮਨਦੀਪ ਗੱਲ ਕਰ ਰਿਹਾ ਜੀ ਭੱਤੇ ਤੋਂ ਬਟਿੰਡੇ ਤੋਂ ਹਾਂ ਜੀ ਹਾਂ ਜੀ ਸਰ ਤੁਸੀਂ ਪੁੱਛ ਕੀ ਪੁੱਛਣਾ ਚਾਹੁੰਦੇ ਹੋ ਸਰ ਨਾਲ ਗੱਲ ਕਰ ਸਕਦੇ ਹੋ ਜੀ ਸਰ ਮੈਂ ਨਾ ਲਗਭਗ 1 ਸਾਲ ਪਹਿਲਾਂ ਆਸਟ੍ਰੇਲੀਆ ਲਈ ਅਪਲਾਈ ਕਰਿਆ ਸੀ ਕਾਲਜ ਤੇ ਨਜ਼ਾਮ T20 ਮਾਈਕ ठीक है जी इसकी तीसरी। अगर तुझे वो शो कर सकते हो उस तो बाद मैं थोड़ी फाइल डीसेशनमेंट करके तो आई कैन गिव यू थोड़ी फीडबैक दे सकता एंड देन तुझे डिसाइड करके री अप्लाई कर सकते हो जी। ठीक है। हाँ जी। सर तुझे इस इस मोबाइल नंबर पे या तो व्हाट्सएप कर दो या तुझे ਨੇ 6 ਤੋਂ 7 ਲੱਖ ਰੁਪਏ ਸ਼ੋਮਨੀ ਬੰਦਾ ਠੀਕ ਹੈ ਉਹ 3 ਮਹੀਨੇ ਪੁਰਾਣੇ ਹੋਣੇ ਚਾਹੀਦੇ ਜੀ ਐਂਡ ਤਿੰਨ ਬਟਨ ਇਸ ਦਾ ਆਈ ਥਿੰਕ ਹਾਂਜੀ ਥੋੜਾ ਹੈਲੋ ਹਾਂਜੀ ਸਰ ਖਾ ਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਸਰ ਨਾਲ ਗੱਲ ਕਰ ਸਕਦੇ ਹੋ ਹਾਂਜੀ ਸਰ ਮੈਂ ਨਾ ਕੋਮਲ ਬੋਲਦੀ ਆਂ ਤੇ ਅੱਜ ਅਸੀਂ ਇਹ ਪੁੱਛਣਾ ਸੀ ਹਾਂਜੀ ਜੇ ਜਿਸ ਪਾਉਂਸ ਵੀ ਦਾ ਕੈਨੇਡਾ ਲਈ ਅਪਲਾਈ ਕਰਦੇ ਆਂ ਹੂੰ ਹੂੰ ਔਰ ਜਿਵੇਂ ਕਿ ਮੇਰੇ ਕੇਸ ਚ ਮੈਂ ਕੰਸੀ ਸੀ ਅੱਛਾ ਜੀ ਹਾਂਜੀ 1 ਵੀਕ ਤੋਂ ਹੂੰ ਹੂੰ ਤੋਂ ਇਹਦੇ ਵਿੱਚ ਕੀ ਡਿਫਿਕਲਟੀ ਆਏਗੀ ਜਾਂ ਪੋਸੀਬਲ ਹੈਗਾ ਆ। ਆ ਤੁਹਾਡੇ ਹਸਬੰਡ ਹੈਗੇ ਜੀ ਉੱਥੇ? ਹਾਂ ਜੀ ਹਾਂ ਜੀ ਨਹੀਂ ਉਹ ਇੰਡੀਆ ਹੀ ਨੇ। ਅੱਛਾ ਤੁਸੀਂ ਕੈਨੇਡਾ ਚ ਕੌਣ ਹੈ ਤੁਹਾਡਾ? ਕੋਈ ਹੈਗਾ ਹਾਲੇ ਕਿ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰ ਬਿਲਕੁਲ ਨਹੀਂ ਸਕੂਲਿੰਗ ਵੀਜ਼ਾ ਹੀ ਕਰਨਾ ਸੀ ਮਤਲਬ ਸਪਾਊਸ ਵਿਦ ਸਪਾਊਸ ਜੇ ਦੋਨੋਂ ਇਕੱਠੇ ਜਾਣਾ ਚਾਹੁੰਦੇ ਨੇ। ਦੇਖੋ ਜੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਇੰਡੀਵਿਜੂਅਲ ਇਕੱਲੇ ਇੰਡੀਵਿਜੂਅਲ ਨੂੰ ਮਿਲਦਾ ਹੈਗਾ। ਓਕੇ ਠੀਕ ਹੈ ਜੀ। ਸਪਾਊਸ ਜਾ ਸਕਦਾ ਜੀ 4-4.5 ਮਹੀਨੇ ਬਾਅਦ। ਜਦ ਤੁਹਾਡਾ ਪਹਿਲਾ ਸੈਮਿਸਟਰ ਕੰਪਲੀਟ ਹੋ ਜਾਏਗਾ। ਓਕੇ। ਤੇ ਜੇ ਤੁਸੀਂ ਆਪ ਸਟੱਡੀ ਕਰਨੀ ਚਲੇ ਜਾਂਦੇ ਹੋ ਤੇ ਇਮੀਡੀਏਟਲੀ ਹਸਬੰਡ ਦਾ ਵੀਜ਼ਾ ਅਪਲਾਈ ਕਰ ਦਿੰਦੇ ਹੋ ਨਾਰਮਲੀ ਗ੍ਰਾਂਟ ਨਹੀਂ ਕਰਦੇ। ਤੋਂ ਤੁਹਾਨੂੰ ਇੱਕ ਸੈਮਿਸਟਰ ਕੰਪਲੀਟ ਕਰ ਕਰਿਆ ਹੋਣਾ ਬੜਾ ਜ਼ਰੂਰੀ ਹੈ ਜੀ। ਸੋ ਉਹ ਜੋ ਕਨਸੀਵਿੰਗ ਪ੍ਰੋਬਲਮ ਹੈ। ਆ ਮੈਮ ਟੈਕਨੀਕਲੀ ਤੇ ਦੇਖੋ ਇਸ ਟਾਈਮ ਤੇ ਕੋਈ ਇਸ਼ੂ ਨਹੀਂ ਆਏਗਾ ਬਿਕੋਜ਼ ਮੈਡੀਕਲ ਹੋ ਜਾਏਗਾ। ਬਟ ਅਗਰ ਤੁਹਾਡੇ ਮੰਥਸ ਜ਼ਿਆਦਾ ਹੋ ਜਾਂਦੇ ਫਿਰ ਤੁਹਾਡੇ ਮੈਡੀਕਲ ਦੇ ਵਿੱਚ ਪ੍ਰੋਬਲਮ ਆਂਦੀ ਹੈ। ਕਿਉਂਕਿ ਐਕਸਟ੍ਰੀ ਨਹੀਂ ਹੋ ਪਾਂਦਾ ਜੀ। हां जी। ਇਹਦੇ ਵਿੱਚ ਚਾਰਜਿੰਗ ਕੀ ਲੱਗਣਗੇ? ਦੇਖੋ ਜੀ ਤੁਸੀਂ ਮੈਨੂੰ ਇੰਡੀਵਿਜੂਅਲੀ ਪਹਿਲੇ ਅਗਰ ਆਪਣੇ ਡਾਕੂਮੈਂਟੇਸ਼ਨ ਸਾਰੇ ਚੈੱਕ ਕਰਾ ਲਓ। ਹਾਂ ਜੀ। ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਕੋਰਸ ਗਾਈਡੈਂਸ ਦੇ ਦਾਂਗਾ। ਐਂਡ ਉਸੇ ਹਿਸਾਬ ਦੇ ਨਾਲ ਫਿਰ ਕਿਉਂਕਿ ਟਿਊਸ਼ਨ ਫੀਸ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਪਾਉਂਗਾ ਜਿਹੜੇ ਪਾਰਟਿਕਲ ਕੋਰਸ ਲਈ ਤੁਸੀਂ ਐਲੀਜੀਬਲ ਹੁੰਦੇ ਹੋ। ਸੋ ਰਫਲੀ ਜਿਹੜਾ ਮੈਂ ਆਸਟ੍ਰੇਲੀਆ ਟਰਾਈ ਕਰਾते। ਹਾਂ ਆਸਟ੍ਰੇਲੀਆ ਕਾ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਸਪਾਊਸ ਇਕੱਠੇ ਜਾ ਸਕਦਾ ਹੈਗਾ। ਐਂਡ ਬਟ ਅਗੇਨ ਤੁਸੀਂ ਗ੍ਰੈਜੂਏਟ ਹੋ ਕਿ 10+2 ਪਾਸ ਹੋ ਜੀ ਗ੍ਰੈਜੂਏਟ ਓਕੇ ਜੀ ਸੋ ਹਸਬੰਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਡਾਕੂਮੈਂਟੇਸ਼ਨ ਦੇਖ ਕੇ ਮੈਂ ਤੁਹਾਨੂੰ ਫਰਦਰ ਗਾਈਡੈਂਸ ਦੇ ਦਾਂਗਾ ਜੀ ਅਗਰ ਵਿਦ ਹਸਬੰਡ ਅਪਲਾਈ ਹੋ ਸਕਦਾ ਹੈ ਤਾਂ ਆਸਟ੍ਰੇਲੀਆ ਦਾ ਹੀ ਕਰਵਾ ਲਓ ਹਾਂ ਜੀ ਤੁਸੀਂ ਮੈਨੂੰ ਆਪਣੇ ਡਾਕੂਮੈਂਟੇਸ਼ਨ ਪਲੀਜ਼ ਸ਼ੇਅਰ ਕਰ ਲਓ ਤੇ ਮੈਂ ਤੁਹਾਡੀ ਡਾਕੂਮੈਂਟੇਸ਼ਨ ਚੈੱਕ ਕਰਕੇ ਤਾਂ ਆਈਲ ਮੈਂ ਤੁਹਾਨੂੰ ਮਾਰਨਿੰਗ ਆਫਟਰ ਦੀ ਸ਼ੋ ਮੈਂ ਤੁਹਾਡੇ ਆਈਲ ਗੈਟ ਬੈਕ ਟੂ ਮੈਂ ਤੁਹਾਨੂੰ ਫੋਨ ਕਾਲ ਬੈਕ ਕਰ ਦਾਂ ਜੀ ਕਾਲ ਬੈਕ ਵਾਪਸ ਕਰ ਲਓ ਹਾਂ ਜੀ ਬាទ ਮੈਮ ਤੁਸੀਂ ਇਸ ਨੰਬਰ ਦੇ ਉੱਤੇ ਵਟਸਐਪ ਵੀ ਕਰ ਸਕਦੇ ਹੋ ਡਾਕੂਮੈਂਟ ਤੇ ਸਰ ਦੀ ਜਿਹੜੀ ਟੀਮ ਹੈ ਇਹਨਾਂ ਕੱਲ ਅਸੈਸਮੈਂਟ ਕਰਕੇ ਤੁਹਾਨੂੰ ਬੈਕ ਕਾਲ ਆ ਜਾਊਗੀ ਨਹੀਂ ਤਾਂ ਤੁਸੀਂ ਆ ਕੇ ਮਿਲ ਸਕਦੇ ਹੋ ਸੈਕਟਰ 17 ਦੇ ਚੰਡੀਗੜ੍ਹ ਦੇ ਵਿੱਚ ਸਰ ਦਾ ਆਫਿਸ ਹੈਗਾ ਤੇ ਇਹਨਾਂ ਨੂੰ ਪਰਸਨਲੀ ਆ ਕੇ ਮਿਲ ਸਕਦੇ ਹੋ ਕਿਉਂਕਿ ਡਾਕੂਮੈਂਟ ਦੇਖ ਕੇ ਹੀ ਸਹੀ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾ ਸਕਦਾ ਹਾਂ ਹਾਂਜੀ ਹਾਂਜੀ ਸਰ ਜਿੱਦਾਂ ਹੁਣ ਇਹਨਾਂ ਨੇ ਵੀ ਸਪਾਊਸ ਬਾਰੇ ਆਪਾਂ ਵੀ ਸਵਾਲ ਰਹਿ ਗਿਆ ਉਹਨਾ ਵੀ ਆਸਟ੍ਰੇਲੀਆ ਦੇ ਵਿੱਚ ਸਪਾਊਸ ਨਾਲ ਹੀ ਜਾ ਸਕਦਾ ਜਾਂ ਉਹ ਵੀ ਬਾਅਦ ਚ ਜਾਂਦਾ ਉਸ ਦੇ ਵਿੱਚ ਆ ਆਸਟ੍ਰੇਲੀਆ ਵਿੱਚ ਸਪਾਊਸ ਨਾਲ ਜਾਂਦਾ ਜੀ ਸੋ ਐਪਲੀਕੇਸ਼ਨ ਕਿੱਥੇ ਲੱਗਦੀ ਹੈ ਐਂਡ ਸਪਾਊਸ ਹੋਵੇ ਜਾਂ ਤੁਹਾਡਾ ਬੱਚਾ ਵੀ ਹੈ ਉਹ ਵੀ ਨਾਲ ਜਾਂਦਾ ਹੈ ਹਾਂਜੀ ਜਰਾ ਆਪਾਂ ਕਾਲ ਲੈ ਲੈਂਦੇ ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਪੁਵੈ ਜਲੰਧਰ ਤੋਂ ਕੌਣ ਬੋਲ ਰਹੇ ਹੋ ਸਰ ਜਲੰਧਰ ਤੋਂ ਜਸਵਿੰਦਰ ਸਿੰਘ ਬੋਲ ਰਿਹਾ ਜੀ ਜਲੰਧਰ ਤੋਂ ਹਾਂਜੀ ਹਾਂਜੀ ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਰ ਨਾਲ ਗੱਲ ਕਰ ਸਕਦੇ ਹੋ ਜੀ ਜੋ ਵੀ ਤੁਹਾਡਾ ਸਵਾਲ ਹੈ ਪੁੱਛ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੈਨਲ ਦਾ ਬੋਲ ਜੀ ਬੜੀ ਆਸਾ ਗਾਈਡ ਕਰਦੇ ਹੋ ਜੀ। ਥੈਂਕ ਯੂ ਜੀ ਥੈਂਕ ਯੂ। ਮੇਰੇ ਨਾਲ ਦੇ ਦੋ ਕਰਨ ਜਿਹੜੇ ਮਿੱਤਰ ਨੇ ਅੱਜ ਤੁਹਾਡੇ ਚੈਨਲ ਦੀ ਬਦੌਲਤ ਜਿਹੜੇ ਤੁਸੀਂ ਬਹੁਤ ਹੀ ਵਧੀਆ-ਵਧੀਆ ਗੈਸਟ ਆਪਣੇ ਚੈਨਲ ਤੇ ਬੁਲਾਉਂਦੇ ਹੋ। ਇਹਨਾਂ ਨੇ ਵੀ ਗਾਈਡ ਕੀਤਾ ਹੈ ਅੱਜ ਆਪਾਂ ਨਾਲ ਉਹ ਵੀ। ਹਾਂ ਜੀ ਤੁਸੀਂ ਆਪਣਾ ਸਵਾਲ ਭਾਈ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਨਹੀਂ ਇਹ ਮੈਂ ਵੀ ਨਹੀਂ ਹੋਂ ਬਾਹਰ ਜਾਣਾ ਚਾਹਾਂ ਇਹ ਬਸ ਪਰਮਟ ਦੇ। ਹਾਂ ਜੀ। ਉਹ ਮੇਰੀ ਕੁਆਲਿਫਿਕੇਸ਼ਨ ਇਸ ਨਾਲ ਕੁਆਸਟਮ ਪਾ ਲਈ ਤੇ ਮੈਂ ਜਾਣਾ ਬਸ ਪਰਮਟ ਤੇ ਜਾਣਾ ਜੀ। अच्छा जी ते ਤੁਸੀਂ ਅੱਜਕਲ ਕੀ ਕਰ ਰਹੇ ਹੋ ਜੀ? ਅੱਜਕੱਲ ਮੈਂ ਜੋਬ ਕਰ ਰਿਹਾ ਹਾਂ। ਪਰਸਨ ਜੋਬ ਕਰ ਲਈ। ਹਾਂਜੀ। ਪ੍ਰਾਈਵੇਟ ਜੋਬ ਕਰ ਰਿਹਾ ਹਾਂ ਜੀ। ਓਕੇ ਜੀ। ਸੋ ਅਗਰ ਤੁਸੀਂ ਪ੍ਰਾਈਵੇਟ ਜੋਬ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਗਾਈਡ ਕਰਾਂਗਾ ਜੀ ਪਹਿਲੇ ਤੁਸੀਂ ਟੂਰਿਸਟ ਵੀਜ਼ ਅਪਲਾਈ ਕਰੋ। ਜੀ ਜੀ। ਸੇ ਟੂਰਿਸਟ ਵੀਜ਼ ਤੇ ਤੁਸੀਂ ਚਾਹ ਕੈਨੇਡਾ ਜਾਂ ਆਸਟ੍ਰੇਲੀਆ ਯੂਕੇ ਕਿਤੇ ਵੀ ਜਾ ਸਕਦੇ ਹੋ ਅਗਰ ਤੁਸੀਂ ਜੋਬ ਕਰ ਰਹੇ ਹੋ। ਉੱਥੇ ਉੱਥੇ ਜਾ ਕੇ ਅਗਰ ਤੁਹਾਨੂੰ ਕੋਈ এমਪਲॉयਮੈਂਟ ਦਿੰਦਾ ਹੈਗਾ उस दे बेस से दे उस कंट्री दे विच अपना वर्क परमिट अप्लाई कर सकते हो जी, जी, जी इतो टेक्निकली नहीं हो पाएगा इतों सिर्फ टूरिस्ट वीज़ाई एलिजीबिलिटी बनती जी थी okay, हाँ जी मिल जाएगा टूरिस्ट वीजा ड्यूरेशन है जिस तरह कैनेडा है पंद्रह दिन देगा एंड नॉर्मल जरा ऑस्ट्रेलिया हफ्ते वीज़ा आ रहा है जी ਕੈਨੇਡਾ 15 ਨੂੰ ਤੋਂ ਲੈ ਕੇ 1 ਮੰਥ ਇੱਕ ਮਹੀਨਾ ਮਹੀਨਾ ਤੱਕ ਲੱਗਦਾ ਜੀ 1 ਮੰਥ ਤੱਕ ਓਕੇ ਓਕੇ ਹਾਂਜੀ ਥੈਂਕ ਯੂ ਸਰ ਹਾਂਜੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਕਾਲ ਕਰ ਰਹੇ ਆ ਔਰ ਹੋਰ ਵੀ ਜੇ ਕੋਈ ਸਟੂਡੈਂਟ ਆਪਣਾ ਕੋਈ ਵੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦਾ ਤਾਂ ਸਰ ਤੋਂ ਸਲਾਹ ਲੈ ਸਕਦਾ ਕਿਸ ਤਰ੍ਹਾਂ ਦੇ ਨਾਲ ਉਹ ਸਟੱਡੀ ਵੀਜ਼ਾ ਆਪਣਾ ਅਪਲਾਈ ਕਰ ਸਕਦਾ ਤੇ ਸਰ ਆਪਾਂ ਪਹਿਲਾਂ ਯੂਕੇ ਦੇ ਸਿਗੇ ਸਾਡੇ ਕੋਲ ਟਾਈਮ ਵੀ ਘਟਾ ਹੈ ਵੀ ਯੂਕੇ ਦੇ ਵਿੱਚ ਇਸ ਟਾਈਮ ਕਿਹੜਾ ਇਨਟੇਕ ਚੱਲ ਰਿਹਾ ਔਰ ਕਿਹੜੇ ਸਟੂਡੈਂਟ ਨੋ ਅਪਲਾਈ ਕਰਨਾ ਚਾਹੀਦਾ ਦੇਖੋ ਜੀ ਯੂਕੇ ਆਲਰੇਡੀ ਸੈਪਟੈਂਬਰ 2023 ਦੇ ਕੈਸ ਇਸ਼ੂ ਹੋ ਚੁੱਕੇ ਉਹਨਾਂ ਦਾ ਵੀਜ਼ਾਸ ਅਪਲਾਈ ਹੋ ਰਹੇ ਹਨ ਜਿਹੜਾ ਨੈਕਸਟ ਇਨਟੇਕ ਆਏਗਾ ਜਨਵਰੀ 2024 ਦਾ ਆਏਗਾ ਤੇ ਜਿਹੜੇ ਬੱਚੇ ਯੂਕੇ ਜਾਣਾ ਚਾਹੁੰਦੇ ਉਹਨੂੰ ਮੈਂ ਬੜੀ ਹਾਈਲੀ ਰეკਮੈਂਡ ਕਰਦਾ ਪੀਟੀ ਤੋਂ ਬੈਟਰ ਆਲਸ ਕਰਨ ਅਗਰ ਯੂਕੇ ਵੀ ਆਲਸ ਕਰ ਲੈਂਦੇ ਹੈ ਜਿਉਂ ਸਾਢੇ ਪੰਜ ਬੈਂਡ ਵੀ ਆ ਜਾਂਦੇ ਤਾਂ ਵੀ ਉਹਨਾਂ ਦੀ ਐਲੀਜੀਬਿਲਟੀ ਬਣ ਜਾਂਦੀ ਹੈ ਜਾਂ ਫਾਊਂਡੇਸ਼ਨ ਕੋਰਸੇ ਦੇ ਵਿੱਚ ਜਾਂ ਪ੍ਰੀ ਮਾਸਟਰ ਦੇ ਕੋਰਸੇ ਦੇ ਵਿੱਚ ਸੋ ਬੱਚੇ ਪਾਸਪੋਰਟ ਪ੍ਰੋਗਰਾਮ ਲਈ ਬੜੇ इजीली ਐਕਸੈਪਟਡ ਹੋ ਜਾਂਦੇ ਹਾਂ ਜੇ ਤੁਸੀਂ ਪੀਟੀ ਕਰਕੇ ਜਾਣਾ ਤੇ ਤੁਹਾਡੇ ਓਵਰਆਲ ਨੰਬਰ 59 ਹੋਣੇ ਚਾਹੀਦੇ 59 ਨੰਬਰ ਦੇ ਨਾਲ 59 ਦੇ ਨਾਲ ਤੁਸੀਂ ਐਕਸੈਪਟਡ ਹੋ ਇਨ ਯੂਕੇ ਜਿਹੜੇ ਬੱਚਿਆਂ ਦੇ 52 ਜਾਂ 54 ਆਉਂਦੇ ਥੋੜੀ ਡਿਫਿਕਲਟੀ ਆਂਦੀ ਕੈਸ਼ ਲਾਈਨ ਉਪਰ ਅਰੇਂਜ ਹੋ ਜਾਂਦਾ ਜੀ ਸੋ ਜਿਹੜੇ ਬੱਚਿਆਂ ਨੂੰ ਕੈਸ਼ ਇਸ਼ੂ ਹੋ ਜਾਂਦਾ ਉਹਨਾਂ ਨੂੰ ਵੀਜ਼ਾ ਆਲਮੋਸਟ 99% ਮਿਲ ਜਾਂਦਾ ਸਰ ਜਿੱਦਾਂ ਹੋਰ ਵੀ ਸਾਨੂੰ ਕਮੈਂਟਸ ਵੀ ਜਿੱਦਾਂ ਆ ਰਹੇ ਐ ਵੀ ਸਟੂਡੈਂਟ ਇੱਕ ਦੇ ਸ਼ੈਰੀ ਜੀ ਹੈਗੇ ਐ ਸ਼ੈਰੀ ਧਾਰੀਵਾਦੀ ਪੁੱਛਦੇ ਆ ਵੀ ਇਹਦਾ ਦਾ ਰਿਫਿਊਜ਼ ਹੋ ਚੁੱਕਾ ਸੀ 2022 ਫਰਵਰੀ ਨੂੰ ਆਸਟ੍ਰੇਲੀਆ ਦਾ ਅੱਛਾ ਜੀ ਤੇ ਇਹ ਕੀ ਆਸਟ੍ਰੇਲੀਆ ਦੁਬਾਰਾ ਆਪਸ਼ਨ ਹੀ ਨਹੀਂ ਦਿੰਦਾ ਜਾਂ ਸਕਸੈਸ ਰੇਟ ਹੀ ਮਤਲਬ ਘੱਟ ਰਹਿ ਜਾਂਦੇ ਚਾਂਸਸ ਏ ਵੀਜ਼ਾ ਲੱਗਣ ਦਾ ਦੇਖੋ ਜੀ ਸ਼ੈਰੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਆਸਟ੍ਰੇਲੀਆ ਦੇ ਵਿੱਚ ਸਿਸਟਮ ਜਿਹੜਾ ਜਨੂਅਲ ਟੈਂਪਰੇਰੀ ਇੰਡੈਂਟ ਕਰਾਈਟੇਰੀਆ ਦਾ ਸਿਸਟਮ ਹੈਗਾ ਉਹਦੇ ਵਿੱਚ ਯੂਨੀਵਰਸਿਟੀਆਂ ਦੁਬਾਰਾ ਐਕਸੈਪਟ ਨਹੀਂ ਕਰਦੀ ਜੇ ਤੁਹਾਡਾ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ ਕੋਈ ਵੀ ਯੂਨੀਵਰਸਿਟੀ ਤੁਹਾਨੂੰ ਸੀਓ ਹੀ ਨਹੀਂ ਦਿੰਦੀ ਅਗਰ ਕੋਈ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਐਕਸੈਪਟ ਕਰ ਲੇ ਫਿਰ ਟ੍ਰਾਈ ਕੀਤਾ ਜਾ ਸਕਦਾ ਹੈ ਬਟ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਕਿਉਂਕਿ ਉਹਨਾਂ ਦੀ ਲੈਵਲਸ ਬਣੇ ਯੂਨੀਵਰਸਿਟੀ ਦੇ ਲੈਵਲਸ ਬਣੇ ਹੋਏ ਹਨ ਸੋ ਉਹਨਾਂ ਦਾ ਜਿਹੜਾ ਕੰਪਲਾਈਂਸ ਹੈ ਉਹ ਅਲਾਉ ਨਹੀਂ ਕਰਦਾ ਸੋ ਉਸ ਦੇ ਵਿੱਚ ਤੁਹਾਨੂੰ ਵੀ ਮਹਿੰਗਾ ਵੀ ਪੈ ਜਾਂਦਾ ਹੋਣਾ ਜਿੱਦਾਂ ਸਟੂਡੈਂਟ ਨੂੰ ਫੀਸ ਵਗੈਰਾ ਵੀ ਜੇ ਕੋਈ ਹੁੰਦਾ ਵੀ ਹੈ ਇਸ ਤਰ੍ਹਾਂ ਦੇ ਨਾਲ ਨਹੀਂ ਪਲਵਿੰਦਰ ਜੀ ਪਹਿਲੀ ਗੱਲ ਤੇ ਪੋਸਿਬਿਲਟੀ ਬ सैकेंडली अगर वो जान, दोबारा जाना चाहते हैं सो या तो स्पाउस बेस से जा सकते हैं या वंस कुछ कोई इंप्लायमेंट्स अगर तुम कम कर रहे हो तो टूरिस्ट का ट्राई करके देख सकते हैं जी हाँ टूरिस्ट वीज़ा अप्लाई करके दिखा यार जिन्हें पेर बच्चे गए हुए या पेरेंट्स किन्ने टाइम बाद अपलाई कर सूरिस्ट का डे वन जी जो बच्चा ऑलरेडी वीज़ा ग्रांट हो गया मैं हर पेरेंट्स में यही गाइड करता दे थोड़े बच्चे ऑस्ट्रेलिया चले गए या कैनेडा चले गए यूके चले गए ਪੈਰੈਂਟਸ ਇਮੀਡੀਏਟਲੀ ਆਪਣੇ ਟੂਰਿਸਟ ਵੀਜ਼ਾ ਲਵਾ ਕੇ ਰੱਖਣੇ ਚਾਹੀਦੇ ਕੱਲ ਨੂੰ ਕੋਈ ਐਮਰਜੈਂਸੀ ਆ ਜਾਏ ਪੈਰੈਂਟਸ ਕੋਲ ਅਗਰ ਵੀਜ਼ਾ ਆਏਗਾ ਬੱਚਾ ਬਿਮਾਰ ਹੋ ਜਾਏ ਕੁਝ ਹੋ ਜਾਏ ਇਮੀਡੀਏਟਲੀ ਆਪਣੀ ਫਲਾਈਟ ਟਿਕਟ ਲੈ ਕੇ ਜਾ ਸਕਦੇ ਸੋ ਪੈਰੈਂਟਸ ਨੂੰ ਬੜੇ ਈਜ਼ੀਲੀ ਆਸਟ੍ਰੇਲੀਆ ਟੂਰਿਸਟ ਵੀਜ਼ਾ ਦੇ ਰਿਹਾ ਹੈਗਾ ਸੋ ਦੇ ਸ਼ੁਡ ਅਪਲਾਈ ਤੇ ਅਸੀਂ ਕਾਫੀ ਗਾਈਡ ਕਰਦੇ ਅਸੀਂ ਕਾਫੀ ਹੈਲਪ ਕਰਦੇ ਉਹਨਾਂ ਨੂੰ ਸਰ ਆਪਣੇ ਕੋ ਸਮਾਂ ਘਟਾ ਜਾਂਦੇ ਜਾਂਦੇ ਯੂਕੇ ਬਾਰੇ ਥੋੜੀ ਡਿਟੇਲ ਚ ਦੱਸ ਦੋ ਸੋਣ ਹਾਂ ਜੀ ਆ ਪਿੰਦ ਜੀ ਜਿੱਦਾਂ ਮੈਂ ਕਿਹਾ ਯੂਕੇ ਲਾਸਟ ਇਅਰ 1.40 ਲੱਖ ਸਟੂਡੈਂਟ ਗਿਆ ਸੀਗਾ ਠੀਕ ਇਸ ਸਾਲ ਜਿਹੜਾ ਯੂਕੇ ਐਮਬੈਸੀ ਦਾ ਟਾਰਗੇਟ ਇਸ ਤੋਂ ਹਾਇਰ ਹੈ ਸੋ ਸਟੂਡੈਂਟ ਜਾ ਰਹੇ ਹੈਗੇ ਐਂਡ ਯੂਕੇ ਦੇ ਵਿੱਚ ਜੇ ਤੁਹਾਨੂੰ ਕੈਸ਼ ਇਸ਼ੂ ਹੋ ਜਾਂਦਾ ਹੈਗਾ ਤੇ ਤੁਹਾਡਾ ਵੀਜ਼ਾ ਆਲਮੋਸਟ 99.9% ਆਈ ਊਡ ਸੇ ਗ੍ਰਾਂਟ ਹੋ ਰਿਹਾ ਅਨਟਿਲ ਉਸ ਤੁਹਾਡਾ ਕੋਈ ਇੰਟਰਵਿਊ ਆ ਜਾਏ ਸੋ ਯੂਕੇ ਬਹੁਤ ਈਜ਼ੀ ਹੈ ਜੀ ਅਦੀ ਰੇਟ ਹਾਂ ਜੀ ਸਰ ਆਪਾਂ ਇੱਕ ਕਾਲ ਲੈ ਲੈਂਦੇ ਹਾਂ ਹੈਲੋ 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 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਿਹਾ ਜੀ ਸਰ ਮੈਂ ਜੇ ਸ਼ਾਪਿੰਗ ਗੱਲ ਕਰ ਰਿਹਾ ਜੀ ਸਰ ਤੇ ਮੈਨੂੰ ਇੱਕ ਜਾਣਕਾਰੀ ਲੈਣੀ ਹੈ ਮੇਰੀ ਬੇਟੀ ਮਈਦੇ ਵਿੱਚ ਕੈਨੇਡਾ ਗਈ ਸੀ ਇਸ ਕਰੀ ਪਰਮਟ ਤੇ ਹਾਂਜੀ ਹਾਂਜੀ ਇਹ ਉਹਨਾਂ ਦੇ ਤਰੀਕੇ ਮਈਦੇ ਵਿੱਚ ਗਈ ਸੀ ਕਿ ਜੇ ਮੰਨ ਲਓ ਹੁਣ ਮੈਂ ਜਾਂ ਮੇਰੀ ਮਿਸਟਰ ਜੀ ਅਸੀਂ ਕਿਸੇ ਨੇ ਵੀ ਅਪਲਾਈ ਕਰਨਾ ਹੈ ਸਾਨੂੰ ਕੋਈ ਮਤਲਬ ਜਿਹੜਾ ਆਪਣਾ ਇਨਕਮ ਦਾ ਜਿਹੜਾ ਉਹ ਦਿਖਾਉਣ ਦੇ ਲਈ ਕਿੰਨੇ ਕ ਪੈਸੇ ਦਿਖਾਉਣੇ ਹੁੰਦੇ ਆ ਜੀ ਖਾਤੇ ਦੇ ਵਿੱਚ ਕਿ ਅਸੀਂ ਆਪਣਾ ਜਿਹੜਾ ਵੀਜ਼ਾ ਮੈਡੀਕਲ ਜਾਣਾ ਹੋਵੇ ਐਮਰਜੈਂਸੀ ਕੇਅਰ ਜਾਣਾ ਪੈ ਸਕਦਾ ਹੈ ਕਿੰਨੇ ਪਾਪਾ ਨੂੰ ਕਲੀ ਫੰਡ ਫੂਡ ਕਿੰਨੇ ਦੁਕਾਨ ਦੀ ਲੋੜ ਪੈ ਸਕਦੀ ਹੈ ਅਕਾਊਂਟ ਦੇ ਵਿੱਚ ਵੀ ਸਰ ਮੈਂ ਜਵਾਬ ਦੇਣਾ ਹਾਂ ਜੀ ਆ ਸਰ ਤੋਨੋ 5 ਤੋਂ 7 ਲੱਖ ਰੁਪਏ ਫਾ ਅਕਾਊਂਟ ਦੇ ਵਿੱਚ ਸ਼ੋ ਕਰ ਲੋ ਉਹ ਸਫੀਸ਼ੀਐਂਟ ਹੁੰਦੇ ਆ 5 ਤੋਂ 7 ਲੱਖ ਰੁਪਏ ਪਰ 10 ਮਹੀਨੇ ਪੁਰਾਣੇ ਹੋਣੇ ਚਾਹੀਦੇ ਐਂ ਤੁਹਾਡੀ ਜਿਹੜੀ ਇਨਕਮ ਆਈਟੀਐਸ ਨਾਲ ਅਟੈਚ ਹੁੰਦੀ ਹੈ ਜੀ ਆੰਦਲਾ ਕੇ ਮਤਲਬ ਦੋਨਾਂ ਦੇ ਖਾਤੇ ਚ ਅਲੱਗ-ਅਲੱਗ ਉਹਨਾਂ ਦਾ ਇੱਕ ਖਾਤੇ ਦੀ ਉਹਨਾਂ ਦੀ ਜਿਸ ਦੇ ਜਾਂ ਮੇਰੇ ਘਰ ਜੋ ਹੁੰਦੀ ਜਿਸ ਕਿਸੇ ਇੱਕ ਦੇ ਖਾਤੇ 'ਚ ਵੀ ਚੱਲ ਜਾਣਗੇ ਪ੍ਰੋਵਾਈਡਿਡ ਜਿਨ੍ਹਾਂ ਦੇ ਖਾਤੇ 'ਚ ਅਗਰੇ ਪੈਸੇ ਪਿਆ ਉਹਨਾਂ ਦੀ ਆਈਟੀਆ ਰਿਟਰਨ ਨਾਲ ਅਟੈਚ ਹੋਏ ਠੀਕ ਹੈ ਸਰ ਥੈਂਕ ਯੂ ਜੀ ਰਾਈਟ ਜੀ ਸਰ ਵੈਸੇ ਤਾਂ ਚਲੋ ਆ ਕਾਲ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਮੈਂ ਨਾ ਇੱਕ ਕੈਨੇਡਾ ਦੀ ਸਰਦੀ ਕਾਲੇ ਕੈਨੇਡਾ ਤੇ ਗੱਲ ਕਰਦੇ ਆ ਤੇ ਕਈ ਵਾਰੀ ਨਾ ਕੋਈ ਕਮੈਂਟਸ ਇਦਾਂ ਦੇ ਹੁੰਦੇ ਆ ਵੀ ਲੋਕ ਉੱਥੋਂ ਵੀ ਕਰੀ ਜਾਂਦੇ ਆ ਹੁਣ ਸਾਨੂੰ ਇਹ ਸਾਡੇ ਇੱਕ ਪ੍ਰੋਗਰਾਮ ਦੇ ਕਮੈਂਟਸ ਕਰ ਰਿਹਾ ਬੰਦਾ ਇਹ ਕੁੜੀ ਹੈਗੀ ਰਾਜਦੀਪ ਕੌਰ ਹੈ ਇਹ ਕਹਿੰਦੀ ਬਾਈ ਕੈਨੇਡਾ ਨਾ ਆਇਓ ਕਹਿੰਦੀ ਇੱਥੇ ਬਹੁਤ ਬੁਰਾ ਹਾਲ ਹੈ ਖਾਣ ਨੂੰ ਰੋਟੀ ਵੀ ਨਹੀਂ ਮਿਲਦੀ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਜਾਂ ਵੈਸੇ ਡਰਾਈ ਜਾਂਦੇ ਜਿਹੜੇ ਸਟੂਡੈਂਟ ਨਹੀਂ ਜਾਣਾ ਦੇਖੋ ਪੁਲਵਿੰਦਰ ਜੀ ਅਸੀਂ ਜਿਹੜਾ ਸਟੂਡੈਂਟ ਨੂੰ ਕਹਣਾ ਵੀ 온ਟਾਰੀਓ ਟੋਰਾਂਟ एडमिंटन साइड चले जाओ दूजे स्टेट्स अपलाई कर लो वैनकोवर अपलाई करो स्टूडेंट्स कहते अभी जाना ही ओंटारियो बिकॉज मेरे फ्रेंड्स है या मेरे रिश्तेदार होते सो उत्त है डेट इज बिकॉज ओंटारियो टोरोंटो थोड़ा रश ज्यादा पै गया तो थोड़ा जॉब्स से प्रॉब्लम आ रही है अदरवाइज इफ यू मी तेरा काफ़ी स्टेट्स है किसी भी स्टेट अगर जानते हो जॉब्स आर अवेलेबल हाँ ओंटारीओ टोरोंटो नो छट के थोड़ा जा ਜਿਹੜੇ ਸਟੂਡੈਂਟ ਆਪ ਵੀ ਕਹੀ ਜਾਂਦੇ ਫਿਰ ਟ੍ਰਾਂਟੋ ਜਾਣਾ ਜਿੱਥੇ ਪਹਿਲਾਂ ਹੀ ਬਹੁਤ ਸਟੂਡੈਂਟ ਆ ਉੱਥੇ ਹੋ ਸਕਦਾ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਬਾਕੀ ਤਕਰੀਬਨ ਕੰਮ ਤੁਸੀਂ ਤੁਹਾਡਾ ਕਹਿੰਦਾ ਮਤਲਬ ਵੀ ਜੇ ਤੁਸੀਂ ਹੋਰ ਕਿਸੇ ਜਾਂਦੇ ਹੋ ਤਾਂ ਉੱਥੇ ਬ੍ਰਿਟਿਸ਼ ਕੋਲੰਬੀਆ ਚਲੇ ਜਾਓ ਬ੍ਰਿਟਿਸ਼ ਕੋਲੰਬੀਆ ਚਲੇ ਜਾਓ ਤੁਹਾਨੂੰ ਮਿਲ ਸਕਦਾ ਤੇ ਜਿਹੜੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਆ ਜਿਨ੍ਹਾਂ ਨੇ ਕਾਲ ਕੀਤੀ ਹੈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟਸ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਜ਼ਿਆਦਾ ਧੰਨਵਾਦ ਸਰ ਤੁਹਾਡਾ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਔਰ ਇੱਥੇ ਪਹ ਇਹ ਨੰਬਰ ਡਿਸਪਲੇ ਰਹੂਗਾ ਔਰ ਇਸ ਕੱਲ ਕੱਲ ਦਿਨੇ ਵੀ ਸਰ ਨੂੰ ਕਾਲ ਕਰ ਸਕਦੇ ਹੋ ਕੋਈ ਵੀ ਤੁਹਾਡਾ ਸੁਝਾਅ ਹੈ ਇਹਨਾਂ ਤੋਂ ਲੈਣਾ ਚਾਹੁੰਦੇ ਹੋ ਤਾਂ ਸਰ ਤੋਂ ਤੁਸੀਂ ਲੈ ਸਕਦੇ ਹੋ ਔਰ ਖਾਸ ਕਰਕੇ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਕਿਉਂਕਿ ਮਿਲ ਕੇ ਹੀ ਤੁਸੀਂ ਬਾਹਰ ਜਾਣਾ ਹੈ ਤਾਂ ਤੁਹਾਨੂੰ ਬਹੁਤ ਦੂਰ ਜਾਣਾ ਪਊਗਾ ਤੇ ਇੱਕ ਵਾਰੀ ਤੁਸੀਂ ਚੰਡੀਗੜ੍ਹ ਆਉਨੇ ਹੋ ਸੈਕਟਰ 17 ਦੇ ਵਿੱਚ ਕਨੈਕਟ ਓਵਰਸੀਜ਼ ਦਾ ਆਫਿਸ ਹੈ ਉੱਥੇ ਆ ਕੇ ਸਰ ਨੂੰ ਮਿਲ ਸਕਦੇ ਹੋ ਇਹਨਾਂ ਤੋਂ ਅਸੈਸਮੈਂਟ ਕਰਾ ਸਕਦੇ ਹੋ ਅਸੀਂ ਵੀ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਇਹਨਾਂ ਦੀ ਰਾਏ ਦੇ ਨਾਲ ਤੁਸੀਂ ਤੁਹਾਡੀ ਜਿਹੜੀ ਗਾਈਡੈਂਸ ਦੇ ਨਾਲ ਤੁਸੀਂ ਸਹੀ ਦਿਸ਼ਾ ਵੱਲ ਜਾਓਗੇ ਔਰ ਜ਼ਿੰਦਗੀ ਦੇ ਵਿੱਚ ਜ਼ਰੂਰ ਸਫਲ ਹੋਵੋਗੇ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਸਸਿਕਲ ਜੀ ਹੁਣ ਮੈਨੂੰ ਵੀ ਦਿਓ ਜਿਆਦਾ ਧੰਨਵਾਦ ਸਸਿਕਲ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਾਰੀ ਦੇਸ਼ਾਂ ਨੂੰ ਤੇ ਅੱਜ ਆਪਾਂ ਆਸਟ੍ਰੇਲੀਆ ਤੇ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਸਾਡਾ ਲਾਈਵ ਸ਼ੋਅ ਹੁੰਦਾ ਹੈ ਇਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਪਹਿਲਾਂ ਮਾਫੀ ਚਾਹੁੰਦੇ ਹਾਂ ਕੁਝ ਟਾਈਮ ਅਸੀਂ ਲੇਟ ਹੋ ਗਏ ਤੇ ਜਿਵੇਂ ਇਸ ਸਾਡਾ ਲਾਈਵ ਸ਼ੋਅ ਹੈਗਾ ਇਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਆਸਟ੍ਰੇਲੀਆ ਰਿਲੇਟਡ ਕੋਈ ਵੀ ਤੁਹਾਡੀ ਇਨਕੁਆਰੀ ਹੈ ਤੁਸੀਂ ਪੁੱਛ ਸਕਦੇ ਹੋ ਕਿਹੜਾ ਇਨਟੇਕ ਮਿਲ ਸਕਦਾ ਹੈ ਕਿਹੜਾ ਕੋਰਸ ਮਿਲ ਸਕਦਾ ਹੈ ਜੇ ਕਿਸੇ ਨੇ ਫਾਈਲ ਲਾਈ ਹੈ ਜਾਂ ਲਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਪੁੱਛ ਸਕਦੇ ਹੋ ਖਾਸ ਤੌਰ ਤੇ ਨਰਸਿੰਗ ਲਈ ਸਰਨਾ ਪਹਿਲਾਂ ਵੀ ਅਸੀਂ ਇੱਕ ਦਿਨ ਸ਼ੋਅ ਕੀਤਾ ਸੀ ਨਰਸਿੰਗ ਵਾਲੇ ਸਟੂਡੈਂਟ ਨੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਉਹ ਵੀ ਸਾਨੂੰ ਇਸ ਸ਼ੋਅ ਦੇ ਵਿੱਚ ਕਾਲ ਕਰ ਸਕਦੇ ਆ ਇਸ ਤੋਂ ਇਲਾਵਾ ਆਪਾਂ ਯੂਕੇ ਬਾਰੇ ਵੀ ਗੱਲ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਵੇਰ ਸ਼ਾਮ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਦੀ ਹੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਹੁਣ ਜਿਵੇਂ ਜੁਲਾਈ ਇਨਟੇਕ ਕਿਦਾਂ ਦਾ ਗਿਆ ਆਪਾਂ ਇਹਦੀ ਗੱਲ ਕਰਾਂਗੇ ਜੁਲਾਈ ਇਨਟੇਕ ਐਂਡ ਇਸ ਕਾਫੀ ਅੱਛਾ ਗਿਆ ਕਾਫੀ ਵੀਜ਼ਾਸ ਅਪਰੂਵ ਹੋਏ ਇਨੀਸ਼ੀਅਲੀ ਮੇ ਜੂਨ ਵਿੱਚ ਜੀਟੀ ਕਾਫੀ ਸਲੋ ਹੋ ਗਿਆ ਸੀਗਾ ਯੂਨੀਵਰਸਿਟੀਸ ਤੋਂ ਐਂਡ ਉਹ ਵੀ ਇਸ ਕਾਰਨ ਕਿ ਪੰਜ ਛੇ ਯੂਨੀਵਰਸਿਟੀਸ ਨੇ ਪੰਜਾਬ ਤੇ ਹਰਿਆਣਾ ਸਟੂਡੈਂਟਸ ਨੂੰ ਲੈਣਾ ਮਨਾ ਕਰਤਾ ਸੀਗਾ ਬਟ ਅੱਜ ਦੀ ਡੇਟ ਇਚ ਦੁਬਾਰਾ ਵੀਜ਼ਾਸ ਗ੍ਰਾਂਟ ਮਿਲੇ ਹਨ ਬਹੁਤ ਸਟੂਡੈਂਟ ਜਾ ਰਹੇ ਇਸ ਟਾਈਮ ਕਾਫੀ ਸਟੂਡੈਂਟ ਨੂੰ ਵੀਜ਼ਾ ਗ੍ਰਾਂਟ ਹੋ ਗਿਆ ਐਂਡ ਅਪਰੂਵਲ ਅੱਛੀ ਅੱਦੀ ਡੇਟ ਇਚ ਤੇ ਸਰ ਜਿਹੜੇ ਸਟੂਡੈਂਟ ਅੱਗੇ ਹੁਣ ਜਾਣਾ ਚਾਹੁੰਦੇ ਆ ਜੁਲਾਈ ਇਨਟੇਕ ਤੋਂ ਬਾਅਦ ਜਾਂਚ ਕਈਆਂ ਦੀਆਂ ਫਾਈਲਾਂ ਨਹੀਂ ਲੱਗੀਆਂ ਜਿਨ੍ਹਾਂ ਨੂੰ ਕੋਰਸਸ ਸਹੀ ਨਹੀਂ ਮਿਲੇ ਤੇ ਉਹਨਾਂ ਲਈ ਨੈਕਸਟ ਇਨਟੇਕ ਕਿਹੜਾ ਆ ਰਿਹਾ ਔਰ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਰਹਿਣ ਵਾਲਾ ਸਾਰਾ ਆ ਜਿਹੜਾ ਨੈਕਸਟ ਇਨਟੇਕ ਆ ਰਿਹਾ ਬਲਵਿੰਦਰ ਉਹ ਆ ਰਿਹਾ ਅਕਟੋਬਰ ਜਾਂ ਨੋਮਬਰ ਦਾ ਠੀਕ ਹੈ ਜੀ ਐਂਡ ਜਿਹੜੇ ਬੱਚੇ 2022 ਪਾਸ ਆਊਟ ਹੋਏ ਆ ਇਹਨਾਂ ਨੂੰ ਅਕਟੋਬਰ ਦਾ ਇਨਟੇਕ ਜ਼ਰੂਰ ਫਟਾਫਟ ਆਪਣੀ ਐਡਮਿਸ਼ਨਸ ਕਰਾਣ ਐ ਐਡਮਿਸ਼ਨਸ ਕਰਾ ਕੇ ਆਪਣਾ ਜੇਨੂਮ ਟੈਂਪਰੇਰੀ ਐਂਟਰੀ ਕਰਾਈਟੇਰੀਆ ਜੀਟੀ ਜਿੰਨੋ ਕਹਿਣਾ ਉਹ ਪਾਸ ਕਰਨ ਪਾਸ ਕਰਕੇ ਆਪਣੀ ਫਾਈਲ ਲਾਣ ਅੱਜ ਦੀ ਡੇਟ ਇਜ਼ ਵੀਜ਼ਾ ਗ੍ਰਾਂਟ 2 ਹਫ਼ਤੇ ਚ ਹੋ ਰਿਹਾ ਸੋ ਵੀਜ਼ਾਸ ਬਹੁਤ ਤੇਜ਼ੀ ਨਾਲ ਦੇ ਰਹੇ ਹੈਗੇ ਪ੍ਰੋਵਾਈਡਡ ਤੁਹਾਡਾ ਜੀਟੀ ਯੂਨੀਵਰਸਿਟੀ ਤੋਂ ਕਲੀਅਰ ਹੋਏ ਤਾਂ ਤੁਹਾਨੂੰ ਕਨਫਰਮੇਸ਼ਨ ਰੋਲਮੈਂਟ ਜਿਹੜੀ ਜਿਹੜੀ ਆਪਾਂ ਸੀਓਈ ਕੈਨ ਉਹ ਇਸ਼ੂ ਹੋਵੇ ਸਰ ਜੀਟੀ ਨੂੰ ਲੈ ਕੇ ਬੜੀ ਕਨਫਿਊਜ਼ਨ ਸਟੂਡੈਂਟ ਦੇ ਵਿੱਚ ਹੁੰਦੀ ਹੈ ਕਿ ਜੀਟੀ ਨੂੰ ਅੱਜ ਕੱਲ ਆਸਟ੍ਰੇਲੀਆ ਬਹੁਤ ਟਾਈਮ ਜਿੱਦਾਂ ਲੱਗ ਰਿਹਾ ਹੈ ਜੀਟੀ ਕਲੀਅਰ ਕਰਨ ਨੂੰ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਪਹਿਲਾਂ ਤੁਸੀਂ ਅਵੇਅਰ ਰਹਿਣ ਜਿਨ੍ਹਾਂ ਨੇ ਬਾਈਪਾਸ ਆਊਟ ਨੇ ਜਿਨ੍ਹਾਂ ਕੋ ਜੁਲਾਈ ਇਨਟੇਕ ਛੁੱਟ ਚੁੱਕਾ ਹੈ ਉਹਨਾਂ ਲੋਕ ਕੋਲ ਬਹੁਤ ਘੱਟ ਸਮਾਂ ਜਿਸ ਤਰ੍ਹਾਂ ਕਿਸ ਤਰ੍ਹਾਂ ਨਾਲ ਤਿਆਰ ਕਰ ਸਕਦੇ ਆ ਜਾਂ ਜਿਹੜੇ 2020 ਕਰ ਰਿਹਾ ਇਹਨਾਂ ਦੇ ਗਏ ਹੋਏ ਸਟੂਡੈਂਟ ਬਹੁਤ ਵਧੀਆ ਤਰੀਕੇ ਨਾਲ ਸੈੱਟ ਨੇ ਵੱਖ-ਵੱਖ ਕੰਟਰੀ ਦੇ ਵਿੱਚ ਤੇ ਇਸ ਲਈ ਸਾਡਾ ਇਹਨਾਂ ਨੂੰ ਲੈ ਕੇ ਆਉਣ ਦਾ ਹੀ ਮਕਸਦ ਹੈ ਕਿ ਜਿਹੜੇ ਸਟੂਡੈਂਟ ਵਿਦੇਸ਼ ਜਾਣਾ ਚਾਹੁੰਦੇ ਆ ਉਹਨਾਂ ਨੂੰ ਸਹੀ ਗਾਈਡੈਂਸ ਮਿਲ ਸਕੇ ਕਿਸ ਤਰ੍ਹਾਂ ਦੇ ਨਾਲ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰ ਸਕਦੇ ਆ ਔਰ ਅੱਗੇ ਜਾ ਕੇ ਪੀਆਰ ਲੈ ਸਕਦੇ ਆ ਵਧੀਆ ਤਰ੍ਹਾਂ ਆਪਣੀ ਜਿਹੜਾ ਸੁਪਨਾ ਹੈ ਵਿਦੇਸ਼ ਜਾਣ ਦਾ ਉਹ ਪੂਰਾ ਕਰ ਸਕਦੇ ਨੇ ਤੇ ਸਰ ਆਪਾਂ ਜਿੱਦਾਂ ਹੁਣ ਗੱਲ ਕਰ ਰਹੇ ਸੀ ਜੀਟੀਈ ਦੀ ਤੇ ਫੰਡਸ ਨੂੰ ਲੈ ਕੇ ਬੜੀਆਂ ਪ੍ਰੋਬਲਮਾਂ ਰਹਿੰਦੀਆਂ ਹਨ ਮੰਨ ਲਓ ਕਈ ਸਟੂਡੈਂਟ ਜਿਹੜੇ ਆਫਟਰ ਵੀਜ਼ਾ ਕਰਦੇ ਆ ਉਹਦੇ ਚ ਕਈ ਡਾਕੂਮੈਂਟਸ ਜਿਦਾਂ ਤੁਸੀਂ ਦੱਸਿਆ ਵੀ এজੰਟਸ ਆਪਣੇ ਵੱਲੋਂ ਲਾ ਦਿੰਦੇ ਆ ਫੇਕ ਵੀ ਲਾ ਦਿੰਦੇ ਆ ਹਾਂਜੀ ਲਾਂਦੇ ਆ ਉਹਦੇ ਨਾਲ ਵੀਜ਼ਾ ਨਹੀਂ ਆਉਂਦਾ ਕਈ ਵਾਰੀ ਆ ਜਾਂਦਾ ਪਰ ਵੀਜ਼ਾ ਆਉਣ ਤੋਂ ਬਾਅਦ ਉਹਨੂੰ ਕੱਲ ਨੂੰ ਉੱਥੇ ਜਾ ਕੇ ਪ੍ਰੋਬਲਮਸ ਕਿਦਾਂ ਦੀਆਂ ਉਹ ਦੇਖ ਰਹੀਆਂ ਪੈ ਸਕਦੀਆਂ ਜੇ ਤੁਹਾਡਾ ਵੀਜ਼ਾ ਗ੍ਰਾਂਟ ਆ ਜਾਂਦਾ ਹੈਗਾ ਤੁਸੀਂ ਅਗਰ ਤੁਹਾਡੇ ਏਜੰਟ ਨੇ ਕੋਈ ਡਾਕੂਮੈਂਟੇਸ਼ਨ ਗਲਤ ਲਾਈਆਂ ਤੁਸੀਂ ਇੰਟਰਵਿਊ ਕਰ ਜਾਂਦੇ ਹੋ ਤੁਸੀਂ ਆਪਣਾ ਪੜਨਾ ਵੀ ਸ਼ੁਰੂ ਕਰ ਦਿੰਦੇ ਹੋ ਪਲੀਜ਼ ਆ ਯਾਦ ਰੱਖਣਾ ਕਿ ਤੁਸੀਂ 3 ਸਾਲ ਦਾ ਵੀਜ਼ਾ ਹੈਗਾ ਤੁਸੀਂ ਐਕਸਟੈਂਡ ਕਰਾਣਾ ਹੈ ਜਦ ਤੁਸੀਂ ਵੀਜ਼ਾ ਐਕਸਟੈਂਡ ਕਰਾਉਣਾ ਹੈ ਤੇ ਤੁਹਾਡੀ ਪੁਰਾਣੀ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਆ ਸਕਦੀ ਹੈ ਜਿਹੜਾ ਇਮੀਗ੍ਰੇਸ਼ਨ ਆਫੀਸਰ ਉਹ ਪੁਰਾਣੀ ਡਾਕਟਰ ਚੈੱਕ ਵੀ ਕਰ ਸਕਦਾ ਮੰਗ ਵੀ ਸਕਦਾ ਦੁਬਾਰਾ ਅਗਰ ਉਹ ਤੁਹਾਡੀ ਦੁਬਾਰਾ ਐਕਾਡੈਮਿਕ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਮੰਗਦਾ ਹੈਗਾ ਉਹ ਤੁਸੀਂ ਨਹੀਂ ਪ੍ਰੋਡਿਊਸ ਕਰਦੇ ਤੁਹਾਡਾ ਵੀਜ਼ਾ ਨਹੀਂ ਐਕਸਟੈਂਡ ਹੋਏਗਾ ਅੱਗੇ ਸੋ ਵਨ ਇੱਕ ਹੈ ਮੇਜਰ ਦਿੱਕਤ ਹੈ ਕਿ ਸੈਕਿੰਡ ਦਿੱਕਤ ਆਉਂਦੀ ਹੈ ਜਦ ਪਰਮਨੈਂਟ ਰੈਜ਼ਿਡੈਂਸੀ ਪਾਉਂਦੇ ਆ ਸੋ ਕਈ ਵਾਰ ਸਟੂਡੈਂਟ ਜਦ ਪਰਮਨੈਂਟ ਰੈਜ਼ਿਡੈਂਸੀ ਲਈ ਅਪਲਾਈ ਕਰਦੇ ਹੈਗੇ ਉਹਨਾਂ ਨੂੰ ਪੁਰਾਣੀ ਡਾਕੂਮੈਂਟੇਸ਼ਨ ਵਾ ਤੁਸੀਂ ਆਪਣਾ ਬੈਂਕ ਲੋਨ ਜਾਂ ਆਪਣਾ ਜਿਹੜੇ ਬੈਂਕ ਸਟੇਟਮੈਂਟ ਵੈਰੀਫਾਈ ਕਰਾ ਕੇ ਦੋ ਉਹ ਪੋਸੀਬਿਲਟੀ ਖਤਮ ਹੋ ਜਾਂਦੀ ਹੈ ਸੋ ਇਸ ਟਾਈਪ ਦੀ ਦਿੱਕਤਸ ਆਂਦੀ ਹੈਗੀ ਸੋ ਆਸਟ੍ਰੇਲੀਆ ਦਾ ਜਿਹੜਾ ਰੂਲ ਹੈ ਜੇ ਤੁਹਾਨੂੰ ਪਰਮਨੈਂਟ ਰੈਜ਼ਿਡੈਂਸੀ ਵੀ ਮਿਲ ਜਾਂਦੀ ਹੈ ਬਲਵਿੰਦਰ ਐਂਡ 10 ਸਾਲ ਬਾਅਦ ਤੁਹਾਡੀ ਕੋਈ ਕੰਪਲੇਂਟ ਹੋ ਜਾਏ ਤੁਸੀਂ ਫਰਾਡਨ ਡਾਕੂਮੈਂਟੇਸ਼ਨ ਤੇ ਤਾਂ ਵੀ ਤੁਹਾਨੂੰ ਡਿਪੋਰਟ ਕਰ ਦਿੰਦੇ 10 ਸਾਲ ਬਾਅਦ ਵੀ ਵਾਪਸ ਹਾਂ ਜੀ ਇਵਨ ਆਫਟਰ ਪਰਮਨੈਂਟ ਰੈਜ਼ਿਡੈਂਸੀ ਸੋ ਡੇ ਵਨ ਤੋਂ ਤੁਸੀਂ ਆਪਣੇ ਬੜੇ ਕਲੀਨ ਪੇਪਰਸ ਨਾਲ ਜਾਓ ਇਹ ਮੇਰੀ ਸਾਰੇ ਸਟੂਡੈਂਟਸ ਨੂੰ ਇੱਕ ਗਾਈਡੈਂਸ ਹੈ ਬਾਕੀ ਦੇਖੋ ਜੀ ਜਿਸਾਂ ਜਿੰਨੋ ਜਿਹੜੀ ਗਾਈਡੈਂਸ ਮਿਲਦੀ ਹੈ ਲੋਕੀ ਉਹ ਲੈ ਕੇ ਚਲੇ ਜਾਂਦੇ ਆ ਇਸ ਤਰ੍ਹਾਂ ਸਰ ਨੇ ਦੱਸਿਆ ਕਿ ਜੇ ਤੁਸੀਂ ਜਾਣਾ ਹੈਗਾ ਤਾਂ ਸਹੀ ਡਾਕੂਮੈਂਟੇਸ਼ਨ ਆਪਣੀ ਲਾਓ ਉਸ ਦੇ ਨਾਲ ਤੁਹਾਨੂੰ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਜਿਹੜਾ ਵੀ ਕੋਰਸ ਲੈਣਾ ਜਿਹੜੇ ਜਿਹੜੇ ਕਾਲਸ ਲੈਣੇ ਸਰ ਜਿਵੇਂ ਆਪਾਂ ਨੂੰ ਕਾਲ ਆਈ ਸੀ ਪਲੱਸ 2 2021 ਆ ਇਹਨਾਂ ਲਈ ਕੋਈ ਆਪਸ਼ਨ ਇਸ ਤਰ੍ਹਾਂ ਨਹੀਂ ਵੱਜਦੀ ਡੈਫੀਨਿਟਲੀ ਨਹੀਂ ਇਹ ਪਲਵਿੰਦਰ ਜੀ ਅਗਰ 2021 ਵਾਲਾ ਸਟੂਡੈਂਟ ਕੋਈ ਐਗਜ਼ਾਮ ਜਿਸਾਂ ਕਈ ਵਾਰ ਬੱਚੇ ਇੰਟਰ ਐਗਜ਼ਾਮ ਦਿੰਦੇ ਆ ਰੇਲਵੇ ਦਾ ਐਗਜ਼ਾਮ ਦੇ ਰਹੇ ਹੁੰਦੇ ਆ ਜਾਂ ਯੋ ਕਿਸੀ ਟਾਈਪ ਦੀ ਸਟੱਡੀਜ਼ ਕਰ ਰਹੇ ਹੁੰਦੇ ਆ ਉਹ ਐਕਸੈਪਟ ਹੋ ਜਾਂਦੇ ਆ ਜਸਟੀਫਾਈ ਕਰਨਾ ਪੈਂਦਾ ਅਗਰ ਤੁਸੀਂ ਗੈਪ ਨੂੰ ਜਸਟੀਫਾਈ ਕਰ ਲੈਂਦੇ ਹੋ ਤੇ ਦੈਨ ਤੁਹਾਡੀ ਐਕਸੈਪਟੈਂਸ ਇਨਟੂ ਯੂਨੀਵਰਸਿਟੀ ਹੋ ਸਕਦੀ ਹੈ ਸਰ ਜਿਵੇਂ ਪ੍ਰੋਸੈਸਿੰਗ ਟਾਈਮ ਜਿਹੜੇ ਸਟੂਡੈਂਟ ਹੁਣ 23 ਪਾਸ ਆਊਟ ਨੇ ਜਾਂ ਆਇਲਟਸ ਕਰ ਰਹੇ ਆ ਜਾਂ ਪੀਟੀ ਕਰ ਰਹੇ ਆ ਹਾਂ ਜੀ ਉਹਨਾਂ ਦਾ ਕਦੋਂ ਤੋਂ ਉਹ ਅਪਲਾਈ ਜਿਵੇਂ ਕਰ ਸਕਦੇ ਆ ਨੋਮਬਰ ਇਨਟੇਕ ਲਈ ਔਰ ਕਿਸ ਤਰ੍ਹਾਂ ਦੇ ਨਾਲ ਕਿੰਨਾ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਲੱਗ ਰਿਹਾ ਇਸ ਦੇ ਵਿੱਚ ਆ ਦੇਖੋ ਪਲਵਿੰਦਰ ਜੀ ਅੱਜ ਦੀ ਡੇਟ 'ਚ 2023 ਦੇ ਸਟੂਡੈਂਟਸ ਆਲਰੇਡੀ ਸਾਡੇ ਕੋਲ ਆਇਲਸ ਪਾਸ ਕਰਕੇ ਆਨੇ ਸ਼ੁਰੂ ਹੋ ਗਏ ਐਂਡ ਨੰਬਰ ਇਨ ਟੇਕ ਲਈ ਬੜੇ इजीली ਐਕਸੈਪਟੈਂਸ ਹੈ ਬਿਕੋਜ਼ ਅਗਰ ਉਹਨਾਂ ਕੋਲ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਇਨ ਆਰਡਰ ਹੈ ਸੋ ਦੇ ਕੈਨ इजीली ਅਪਲਾਈ ਤੇ ਜਿਹੜੇ ਬੱਚੇ ਟੂ ਬੀ ਆਨਸ ਜਿਹੜੇ ਬੱਚੇ ਅੱਜ ਦੀ ਡੇਟ 'ਚ 11ਵੀਂ ਪੜ ਰਹੇ ਹਨ ਉਹਨਾਂ ਨੂੰ ਆਪਣੀ ਇੰਗਲਿਸ਼ ਅਪਗ੍ਰੇਡ ਹੋਣੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਉਹਨਾਂ ਦੇ ਪੇਰੈਂਟਸ ਨੂੰ ਆਲਰੇਡੀ ਕਿਸ ਤੋਂ ਗਾਈਡੈਂਸ ਲੈ ਕੇ ਆਪਣੇ ਫਾਈਨੈਂਸ਼ੀਅਲ ਡਾਕੂਮੈਂਟੇਸ਼ਨ ਇਨ ਆਰਡਰ ਲੈ ਆਨੇ ਚਾਹੀਦੇ ਹਨ ਸੋ ਜੇ ਤੁਹਾਡਾ ਬੱਚਾ ਬਾਰਵੀ ਪਾਸ ਕਰ ਰਿਹਾ ਜੇ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਇਨ ਆਰਡਰ ਹੈ ਤੁਸੀਂ ਜੁਲਾਈ ਸੈਸ਼ਨ ਇਲੀ ਨਿਕਲ ਸਕਦੇ ਹੋ ਉਸ ਤੋਂ ਇਲਾਵਾ ਤੁਹਾਡਾ ਨਵੰਬਰ ਸੈਸ਼ਨ ਬੜੇ ਨਾਮ ਨਿਕਲ ਸਕਦੇ ਹੋ ਆਦੀ ਡੇਟ ਟੈਕਨੀਕਲੀ ਜੀਟੀ ਕਰਕੇ ਐਡਮਿਸ਼ਨ ਲੈ ਕੇ ਜੀਟੀ ਕਰਕੇ ਮਿਨੀਮਮ ਡੇਟ ਤੋਂ 2 ਮਹੀਨੇ ਲੱਗਦੇ ਜੀ ਵੀਜ਼ਾ ਗ੍ਰਾਂਟ ਲੈ ਕੇ ਮੈਨ ਤਾਂ ਜਿਹੜਾ ਜੀਟੀ ਨੂੰ ਕਲੀਅਰ ਕਰਨਾ ਉਸ ਤੇ ਜ਼ਿਆਦਾ ਟਾਈਮ ਲੱਗਦਾ ਉਸ ਤੋਂ ਬਾਅਦ ਫਿਰ ਵੀਜ਼ਾ ਸੇਪਟੀ ਆ ਸਕਦਾ ਸਟੂਡੈਂਟ ਦਾ ਪਲਵੰਦਰ ਜੀ ਮੈਂ ਤੁਹਾਡੇ ਨਾਲ ਥੋੜਾ ਜਿਹਾ ਇਸ ਚੀਜ਼ ਤੇ ਸਹਿਮਤ ਨਹੀਂ ਹਾਂ ਜੀ ਜੀਟੀ ਦੇ ਅੰਦਰ ਅਗਰ ਤੁਹਾਡੇ ਡਾਕੂਮੈਂਟੇਸ਼ਨ ਜੈਨੂਨ ਹੈ ਹੂੰ ਕੋਈ ਵੀ ਯੂਨੀਵਰਸਿਟੀ ਟਾਈਮ ਉੱਤੇ ਟਾਈਮ ਲੈਂਦੀ ਕਲੀਅਰ ਕਰਨ ਤੁਹਾਡੀ ਯੂਨੀਵਰਸਿਟੀ ਕਲੀਅਰੈਂਸ ਈਜ਼ੀ ਮਿਲ ਜਾਂਦੀ ਹੈ ਠੀਕ ਹੈ ਜੀ ਜਿਵੇਂ ਸਰ ਦੱਸ ਰਿਹਾ ਕਿ ਜਿਹੜੇ ਸਟੂਡੈਂਟਸ ਆਸਟ੍ਰੇਲੀਆ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਇਸ ਟਾਈਮ ਪ੍ਰੋਬਲਮ ਨਹੀਂ ਹੈਗੀ ਤੇ ਫੰਡ ਜੇ ਤੁਸੀਂ ਤੁਹਾਡੇ ਡਾਕੂਮੈਂਟ ਜੈਨੂਇਨ ਨੇ ਤਾਂ ਤੁਸੀਂ ਆਸਟ੍ਰੇਲੀਆ ਦਾ ਛੇਤੀ ਹੀ ਸਟੱਡੀ ਵੀਜ਼ਾ ਨੋੰਬਰ ਇਨਟੇਕ ਦੇ ਲਈ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਸਰ ਆਪਾਂ ਜਿਹੜੇ ਨਰਸਿੰਗ ਦਾ ਪ੍ਰੋਗਰਾਮ ਕੀ ਹੈਗਾ ਜਿੰਦਾ ਆਪਾਂ ਪਹਿਲਾਂ ਵੀ ਡਿਸਕਸ ਇੱਕ ਦੋ ਵਾਰ ਕੀਤਾ ਹੈਗਾ ਨਰਸਿੰਗ ਲਈ ਕਿਹੜੀ ਨਰਸਿੰਗ ਜਾ ਸਕਦੀ ਹੈ ਕਿਹੜੇ ਐਲੀਜੀਬਲ ਹੈਗੇ ਨਰਸ ਕਮਿਊਨਿਟੀ ਵੈਲਫੇਅਰ ਆਫਿਸਰਸ ਜਾਂ ਕੁਸੀ ਕਹ ਲੋ ਜੀ ਇੰਡੀਵਿਜੁਅਲ ਸਪੋਰਟ ਵਰਕਰਸ ਦੀ ਉੱਤੇ ਕਾਫੀ ਡਿਮਾਂਡ ਆਈ ਹੈ ਸੋ ਉਹਦੇ ਤਹਿਤ ਉਹਨਾਂ ਦੀ ਡਿਮਾਂਡ ਇਨੀ ਹਿਊਜ ਹੈ ਆਸਟ੍ਰੇਲੀਆ ਦੇ ਵਿੱਚ ਕਿ ਦੇ ਹੈਵ ਡਿਸਾਈਡਡ ਕਿ ਇੱਥੇ ਜਿਹੜੇ ਬੀਐਸਸੀ ਨਰਸਿੰਗ ਕਰ ਰਹੇ ਹੈਗੇ ਅਗਰ ਉਹ 3 ਮਹੀਨੇ ਦਾ ਕੋਰਸ ਆਨਲਾਈਨ ਕਰ ਲੈਣ ਸਰਟੀਫਿਕੇਟ 3 ਇਨ ਇੰਡੀਵਿਜੁਅਲ ਸਪੋਰਟ ਵਰਕਰ ਦਾ ਕੋਰਸ ਕਰ ਲੈਂਦੇ ਹੈਗੇ ਉਹ ਕੋਰਸ ਕਰਕੇ ਦੇ ਬਿਕਮ ਇਲੀਜੀਬਲ ਟੂ ਅਪਲਾਈ ਐਜ਼ ਅ ਕਮਿਊਨਿਟੀ ਵਰਕਰ देयर ਸੋ ਉਹਨਾਂ ਦੇ ਆਰ ਗਿਵਿੰਗ 2 ਇਅਰਸ ਦਾ ਵਰਕ ਪਰਮਿਟ ਦੇ ਰਹੇ ਹੈਗੇ ਸੋ アフター ਕੰਪਲੀਸ਼ਨ ਆਫ ਦੀ ਕੋਰਸ ਉਹਨਾਂ ਦੀ ਜਿਹੜੇ EMPLOYEES ਦੇ ਨਾਲ ਇੰਟਰਵਿਊ ਹੁੰਦਾ ਅਗਰ ਇੰਟਰਵਿਊ ਪਾਸ ਕਰ ਲੈਂਦੇ ਹੈਗੇ देन ਦੇ ਕੈਨ ਅਪਲਾਈ ਫਾਰ ਸਬਕਲਾਸ 482 ਸੋ ਜਿਹਦੇ ਜਿਹਦੇ ਦੌਰਾਨ ਉਹਨਾਂ ਨੂੰ 2 ਸਾਲ ਦਾ ਵੀਜ਼ਾ ਮਿਲਦਾ 2 ਤੋਂ 4 ਸਾਲਾਈ ਵੀਜ਼ਾ ਮਿਲ ਸਕਦਾ ਹੈ ਐਂ ਜਿਹੜੇ बीएससी ਨਰਸਿੰਗ ਚਾਹੀਦੇ ਆ ਸੇ ਜਿਨ੍ਹਾਂ ਦਾ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਹੈ ਔਰ ਐਕਸਪੀਰੀਅੰਸ ਵੀ ਕਲੀਨਿਕਲ ਹੋਣਾ ਚਾਹੀਦਾ ਸੋ ਟਿਲ ਦੀ ਏਜ ਆਫ 45 ਦੇ ਰਿਲੇਜੀਬਲ ਸਰ ਜਿਹੜਾ ਤੇ 3 ਮੰਥਸ ਦੀ ਸਟੱਡੀ ਜਿਵੇਂ ਤੁਸੀਂ ਕਹਿ ਰਹੇ ਹੋ ਕੋਰਸ ਕਰਨਾ ਪੈਂਦਾ ਉਹਨਾਂ ਨੂੰ ਉੱਥੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਜਾਂ ਇੱਧਰ ਹੀ ਉਹਨਾਂ ਦਾ ਆਨਲਾਈਨ ਕਿਦਾਂ ਹੁੰਦਾ ਪਲਵਿੰਦਰ ਜੀ ਅਸੀਂ ਆਨਲਾਈਨ ਐਡਮਿਸ਼ਨ ਕਰਾਨੇ ਆਨਲਾਈਨ ਬੈਟ ਕਿ ਉਹਨਾਂ ਨੂੰ ਕੰਪਲੀਟ ਕਰਨਾ ਪੈਂਦਾ ਠੀਕ ਹੈ ਜੀ ਉਹ ਜਿਹੜਾ ਕੋਰਸ ਹੈਗਾ ਸਰਟੀਫਿਕੇਟ 3 ਇਨ ਇੰਡੀਵਿਜੂਅਲ سپورਟ ਵਰਕਰ ਇੰਡੀਆ ਦੇ ਵਿੱਚ ਰਹਿ ਕੇ ਉਹਨਾਂ ਨੂੰ 3 ਮੰਥ ਦਾ ਜਿਹੜਾ ਕੋਰਸ ਆ ਹੋਊਗਾ ਹਾਂ ਜੀ ਡੈਫੀਨਿਟਲੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਅੱਗੇ ਫਦਰ ਜਿਹੜਾ ਵਰਕ ਪਰਮਨੈਂਟ ਜਿਹੜਾ ਤੁਸੀਂ ਕਹਿੰਦੇ ਹੋ ਉਹ ਮਿਲ ਸਕਦਾ ਹੈ ਹਾਂ ਜੀ ਹਾਂ ਜੀ ਉਹ ਕਾਲਜ ਵਾਲ ਤੇ ਸਰ ਆਪਾਂ ਜਿਵੇਂ ਆਸਟ੍ਰੇਲੀਆ ਤੇ ਹੀ ਗੱਲ ਕਰਦੇ ਆਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਜਿਹੜੇ ਸਟੂਡੈਂਟ ਨੇ ਜਿਵੇਂ ਹੁਣ ਆਪਾਂ ਇੱਕ ਕਾਲ ਲੈ ਲੈਨੇ ਸਰ ਇਹ ਇੱਕ ਵੇਂਟ ਇਹ ਕਾਲ ਦਾ ਆਪਾਂ ਲੈਨੇ ਇਹਨਾਂ ਦਾ ਆਨਸਰ ਤੇ ਤੁਸੀਂ ਵੀ ਜਿਹੜੇ ਸਟੂਡੈਂਟ ਸਾਨੂੰ ਸ਼ੋਅ ਦੇਖ ਰਿਹਾ ਇਸ ਸ਼ੋਅ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਆਪਣੇ ਜੋ ਵੀ ਤੁਹਾਡੇ ਸਵਾਲ ਨੇ ਆਸਟ੍ਰੇਲੀਆ ਸਟੱਡੀ ਨਾਲ ਰਿਲੇਟਡ ਸਾਨੂੰ ਪੁੱਛ ਸਕਦੇ ਹੋ ਤੇ ਜਿਹੜੇ ਵੀ ਬੱਚੇ ਨੇ ਜਿਨ੍ਹਾਂ ਨੇ ਫਾਈਲ ਆਈ ਹੋਈ ਉਹ ਵੀ ਇਸ ਸ਼ੋਅ ਦੇ ਵਿੱਚ ਤੁਸੀਂ ਕੋਈ ਵੀ ਸਵਾਲ ਹੈ ਤੁਹਾਡਾ ਫੰਡਸ ਨੂੰ ਲੈ ਕੇ ਜਾਂ এডਿਕੇਸ਼ਨ ਲੋਨ ਨੂੰ ਲੈ ਕੇ ਤਾਂ ਤੁਸੀਂ ਉਹ ਸਾਰੇ ਇਸ ਸ਼ੋਅ ਦੇ ਵਿੱਚ ਪੁੱਛ ਕੇ ਆਪਣੇ ਜਿਹੜੀ ਜਾਣਕਾਰੀ ਵਿਦੇਸ਼ ਜਾਣ ਦੀ ਲੈ ਸਕਦੇ ਹੋ ਸਰ ਆਪਾਂ ਇੱਕ ਯੂਕੇ ਦਾ ਵੀ ਇਸ ਤਰ੍ਹਾਂ ਨਾਲ ਗੱਲ ਕਰਦੇ ਹਾਂ ਵੀ ਯੂਕੇ ਚ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦੇ ਰੁਝਾਨ ਚੱਲ ਰਹੇ ਆ ਜਿੱਦਾਂ ਆਪਾਂ ਦੇਖਦੇ ਆਂ ਵੀ 2024 ਦੇ ਵਿੱਚ ਯੂਕੇ ਨੂੰ ਲੈ ਕੇ ਜਿਹੜਾ ਹੈਗਾ ਵੀ ਸਪਾਊਸ ਨੂੰ ਨਾਲ ਨਹੀਂ ਜਾ ਸਕਦਾ ਹੋਰ ਕਾਫੀ ਧਾਰਨਾਵਾਂ ਜਿੱਦਾਂ ਚੱਲ ਰਹੀਆਂ ਨੇ ਮਾਰਕੀਟ ਦੇ ਵਿੱਚ ਵੀ ਯੂਕੇ ਟਫ ਹੋਣ ਵਾਲਾ ਜਾਂ ਵੀਜ਼ਾ ਨਹੀਂ ਦੇਣ ਵਾਲਾ ਕਿਸ ਤਰ੍ਹਾਂ ਦਾ ਮਾਹੌਲ ਅੱਗੇ ਆ ਗਿਆ ਦੇਖੋ ਜੀ ਯੂਕੇ ਕਾਫੀ ਪਪੂਲਰ ਹੈ ਇਸ ਟਾਈਮ ਤੇ ਵਿੱਚ ਕਾਲ ਆ ਗਈ ਜੀ ਮੇਰੇ ਲੱਗਦਾ ਹਲੋ ਸਸਿਕਾ ਜੀ ਸਸਿਕਾ ਜੀ ਕੋਣ ਬੋਲ ਰਹੇ ਜੀ ਮਨਦੀਪ ਗੱਲ ਕਰ ਰਿਹਾ ਜੀ ਹਫਤੇ ਤੋਂ ਹਾਂਜੀ ਹਾਂਜੀ ਸਰ ਤੁਸੀਂ ਪੁੱਛ ਕੀ ਪੁੱਛਣਾ ਚਾਹੁੰਦੇ ਹੋ ਸਰ ਨਾਲ ਗੱਲ ਕਰ ਸਕਦੇ ਹੋ ਜੀ ਸਰ ਮੈਂ ਨਾ ਲਗਭਗ 1 ਸਾਲ ਪਹਿਲਾਂ ਆਸਟ੍ਰੇਲੀਆ ਲਈ ਅਪਲਾਈ ਕਰਿਆ ਸੀ ਵੀਜ਼ਾ ਤੇ ਉਹ ਜਦੋਂ ਮੇਰਾ T20 ਮਾਈਜ ਕਪੀਟ ਲਈ ਠੀਕ ਹੈ ਜੀ ਫਿਰ ਮੈਨੂੰ ਰਿਵਿਊ ਲੱਗੀ ਜੀ ਅੱਛਾ ਮੈਂ ਦੁਬਾਰਾ ਅਪਲਾਈ ਕਰ ਸਕਦਾ ਹਾਂ ਹਾਂ ਟੂਰਿਸਟ ਵੀਜ਼ਾ ਤੁਸੀਂ ਕਦੇ ਵੀ ਅਪਲਾਈ ਕਰ ਸਕਦੇ ਹੋ ਜੀ ਪ੍ਰੋਵਾਈਡਡ ਤੁਹਾਡੀ ਐਲੀਜੀਬਿਲਟੀ ਬਣ ਰਹੀ ਹੈਗੀ ਜੀ ਸੋ ਬੇਸਿਕਲੀ ਜੇ ਤੁਹਾਡੇ ਕੋਲ ਆਪਣੇ ਫੰਡਸ ਹੈਗੇ ਤੇ ਆਪਣਾ ਕੋਈ ਇਨ इंपलॉयमेंट है उस दे बे ओ शो करके तुसी री, री कर सकते हो गैप नहीं चाहिए जी हम अगर मैं अपनी डॉक्यूमेंटेशन दिखा सकते हो पुरानी रिफ्यूजल लेटर दिखा सकते हो एंड जी उस डॉक्यूमेंटेशन अटैच की अगर शो कर सकते हो उस मैं थोड़ी फाइल की असैसमेंट करके तो आई कैन गिव यू थोड़ी फीडबैक दे सकता एंड दैन तुम डिसाइड करके रीअप्लाई कर सकते हो जी हाँ जी सर ती इस इस मोबाइल नंबर ते या तो वट्सअप कर दो या तो चंडीगढ़ आना मोड जी सद के आओ मेरा ऑफिस ऑफिस सैक्टर सैवनटीन ई चंडीगढ़ के अपने ऑफिस दोकेशन शेयर कर देने जी राइट जी ਥੈਂਕ ਯੂ ਜੀ ਸਰ ਜਿਵੇਂ ਹੁਣ ਇਹਨਾਂ ਦੀ ਕਾਲ ਆਈ ਹੈ ਆਸਟ੍ਰੇਲੀਆ ਟੂਰਿਸਟ ਵੀਜ਼ਾ ਵੀ ਕਾਫੀ ਲੋਣਾ ਚਾਹੁੰਦੇ ਹਨ ਟੂਰਿਸਟ ਵੀਜ਼ਾ ਨੂੰ ਲੈ ਕੇ ਕਿੰਨਾ ਕੁ ਕਿੰਨਾ ਸਟੂਡੈਂਟ ਨੂੰ ਕਿਹੜੇ ਬੰਦਿਆਂ ਨੂੰ ਮਿਲ ਸਕਦਾ ਹੈ ਜਾਂ ਜਿਹੜੇ ਐਪਲੀਕੈਂਟ ਜਾਣਾ ਚਾਹੁੰਦੇ ਆ ਜਿਹੜੇ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਪ੍ਰੋਫਾਈਲ ਉਹਨਾਂ ਦੀ ਹੋਣੀ ਚਾਹੀਦੀ ਹੈ ਜਾਂ ਫੰਡਸ ਵਗੈਰਾ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਦੇਖੋ ਜੀ ਟੂਰਿਸਟ ਵੀਜ਼ਾ ਮਤਲਬ ਹੈ ਕਿ ਤੁਸੀਂ ਉਸ ਕੰਟਰੀ ਵਿਜ਼ਿਟ ਕਰਨ ਜਾ ਰਹੇ ਹੋ ਸੋ ਅਗਰ ਤੁਸੀਂ ਉਸ ਕੰਟਰੀ ਵਿਜ਼ਿਟ ਕਰਨ ਜਾ ਰਹੇ ਹੋ ਤੁਹਾਡੇ ਤੁਸੀਂ ਕਿਸੇ ਕਿਸੇ এমਪਲੋਇਮੈਂਟ ਵਿੱਚ ਹੋਣੇ ਜ਼ਰੂਰੀ ਹੋਣੇ ਚਾਹੀਦੇ सब तो इंपॉर्टेंट चीज़ है कि तुम या अपना बिजनेस कर सेल्फ इंप्लॉयड होने चाहिए हो या अगर किसी कंपनी में काम कर रहे हो तो वो, वो भी एक्सेप्टेड हैगा प्रोवाइडेड वो कंपनी वाल लिख के देख कि तहत ऑफिशियल लीव ग्रांट देती है फॉर ऑस्ट्रेलिया ट्रैवल वास्ते एंड इन uh, दो डॉक्यूमेंट्सों अलावा थोड़े तो को फंडस अपने होने जरूरी हो, जरूरी होते एक इंडिविजुअल में करके ट्रैवल करने छः तो सत्त लख रुपये